Today we are going to look into one very familiar passage. Father, as we meditate on your word, we pray, Lord, the Holy Spirit, that you open this word to us. Lord, not only to our minds, but also to our hearts and to our souls, Lord, that we may grasp it, that we may hold on to it, that, Father, that we may recognize how wonderful God you are. We thank you, Father, and commit everyone here into your hands. You be glorified in the name of our Lord Jesus. Amen. I would like to remind you that 2024, for our church at least, it is to run the race. ਮੈਂ ਯਾਦ ਦਿਲਾਉਣਾ ਚਾਹੁੰਦਾ ਹੈਗਾ ਕਿ 2024 ਦੇ ਅੰਦਰ ਜਿਹੜਾ ਹੈਗਾ ਸਾਡੀ ਕਲੀਸਿਆ ਨੂੰ ਜਿਹੜਾ ਹੈਗਾ ਰੇਸ ਲਗਾਉਣੀ ਹੈ ਇਟਸ ਦ ਰੇਸ ਆਫ ਲਾਈਫ ਇਹ ਜੀਵਨ ਦੀ ਰੇਸ ਹੈ ਯੂ ਨੋ ਇਨ ਇਟ ਵੀ ਹੈਵ ਆਲ ਸੋਰਟਸ ਆਫ ਥਿੰਗਸ ਵਿਚ ਹੈਪਨਸ ਟੂ ਅਸ ਜੀਵਨ ਦੇ ਅੰਦਰ ਬੜੀਆਂ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਦਿਸ ਵਨ ਪਰਟੀਕੁਲਰ ਥਿੰਗ ਵਿਦ ਦ ਲਾਰਡ ਪੁੱਟ ਸਟ੍ਰੈਸਡ ਔਨ ਮਾਈ ਹਾਰਟ ਇਜ਼ ਹਾਊ ਡੂ ਵੀ ਡੀਲ ਵਿਦ ਸੋਰੋ ਇਨ ਆਵਰ ਲਾਈਵਸ ਇੱਕ ਚੀਜ਼ ਜਿਹੜੀ ਹੈਗੀ ਮੇਰੇ ਦਿਲ ਦੇ ਉੱਤੇ ਜਿਹੜੀ ਹੈਗੀ ਪਰਮੇਸ਼ਵਰ ਨੇ ਪਾਈ ਹੈਗੀ ਹੈ ਕਿ ਦੁੱਖ ਨੂੰ ਅਸੀਂ ਕਿਸ ਤਰ੍ਹਾਂ ਡੀਲ ਕਰਦੇ ਹਾਂ ਹਾਊ ਡੂ ਵੀ ਹੈਂਡਲ ਦ ਇਮੋਸ਼ਨ ਆਫ ਅ ਲਾਸ ਆਫ ਅ ਜੋਬ ਔਰ ਫਰੈਂਡਸ਼ਿਪ ਔਰ ਮੇ ਬੀ ਅ ਫੈਮਿਲੀ ਮੈਂਬਰ ਔਰ ਸਮ ਸੋਰਟ ਆਫ ਲਾਸ ਕਿ ਕੋਈ ਚੀਜ਼ ਸਾਡੀ ਜਿਹੜੀ ਹੈਗੀ ਗੁਆਚ ਜਾਂਦੀ ਹੈਗੀ ਹੈ ਭਾਵੇਂ ਨੌਕਰੀ ਹੋਵੇ ਕੋਈ ਦੋਸਤ ਹੋਏ ਅਤੇ ਅਸੀਂ ਉਹਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਦੇਖਣੇ ਹੈਗੇ ਹਾਂ ਸ਼ੁੱਡ ਆਵਰ ਰਿਸਪੋਂਸ ਬੀ ਡਿਫਰੈਂਟ ਫਰੋਮ ਅਦਰ ਹਿਊਮਨ ਬੀਇੰਗਸ ਕਿ ਸਾਡਾ ਜਿਹੜਾ ਰਿਸਪੋਂਸ ਹੈਗਾ ਦੂਜੇ ਲੋਕਾਂ ਕੋਲੋਂ ਜਿਹੜਾ ਵੱਖਰਾ ਹੋਣਾ ਚਾਹੀਦਾ ਟੁਡੇਜ਼ ਪੈਸੇਜ ਇਜ਼ ਗੋਇੰਗ ਟੂ ਟੀਚ ਅਸ ਦੈਟ ਅੱਜ ਦਾ ਪੈਸੇਜ ਜਿਹੜਾ ਹੈਗਾ ਉਹੀ ਸਿੱਖਿਆ ਦੇਵੇਗਾ ਵੀ ਗੋਇੰਗ ਟੂ ਮੈਡੀਟੇਟ ਔਨ ਲੈਮੈਂਟੇਸ਼ਨਸ 3 19 ਟੂ 27 ਅਸੀਂ ਲੈਮੈਂਟੇਸ਼ਨ 3 ਜਿਹੜਾ ਹੈਗਾ ਉਹਦੇ ਉੱਤੇ ਜਿਹੜਾ ਹੈਗਾ ਮੰਥਨ ਕਰਾਂਗੇ ਸੀ ਆਈ ਡਿਡਨਟ ਨੋ ਦੈਟ ਸੰਦੀਪ ਟੁਡੇ ਚੋਜ਼ ਦ ਸੌਂਗਸ ਐਂਡ ਹੀ ਵਾਸ ਗੋਇੰਗ ਟੂ ਚੂਜ਼ ਗ੍ਰੇਟ ਇਜ਼ ਦਾ ਫੇਥਫੁਲਨੈਸ ਕਿ ਸੰਦੀਪ ਨੇ ਅੱਜ ਜਿਹੜੇ ਹੈਗੇ ਜਿਹੜੇ ਗਾਣੇ ਚੁਣੇ ਮੈਨੂੰ ਪਤਾ ਨਹੀਂ ਹੈਗੇ ਸੀ ਔਰ ਉਹ ਹੈਗਾ ਕਿ ਤੁਹਾਡੀ ਵਿਸ਼ਵਾਸ ਯੋਗਤਾ ਬਹੁਤ ਵੱਡੀ ਹੈ ਯੂ ਸੀ ਦ ਬੁੱਕ ਆਫ ਲੈਮੈਂਟੇਸ਼ਨਸ ਇਜ਼ ਅ ਇਜ਼ ਪੋਇਟਰੀ ਲੈਮੈਂਟੇਸ਼ਨ ਦੀ ਕਿਤਾਬ ਜਿਹੜੀ ਹੈਗੀ ਹੈ ਉਹ ਪੋਇਟਰੀ ਹੈਗੀ ਹੈ ਜਰੀਮਾਇਆ ਰੋਟ ਦਿਸ 5 ਡਿਫਰੈਂਟ ਪੋਇਮਸ ਵਿਚ ਮੇਕਸ ਅਪ ਦ 5 ਚੈਪਟਰਸ ਆਫ ਲੈਮੈਂਟੇਸ਼ਨਸ ਜਰੀਮਾਇਆ ਨੇ ਜਿਹੜਾ ਹੈਗਾ ਇਹ ਸਾਰੀਆਂ ਲਿਖੀਆਂ ਹੈਗੀਆਂ ਜੋ ਇਹਦੇ ਅੰਦਰ ਬਣੇ ਵਿਆਖਿਆ ਸਪੀਕਸ ਆਫ ਦ ਸਫਰਿੰਗ ਆਫ ਇਜ਼ਰਾਇਲਾਈਟਸ ਡਿਊਰਿੰਗ ਦ ਟਾਈਮ ਆਫ ਦ ਬੈਬੀਲੋਨੀਅਨ ਡਿਸਟਰਕਸ਼ਨ ਉਹ ਦਿਖਾਉਂਦੇ ਹੈਗੇ ਕਿ ਬੈਬੀਲੋਨ ਜਦੋਂ ਆ ਕੇ ਨਸ਼ਟ ਕੀਤਾ ਹੈਗਾ ਸੀ ਇਜ਼ਰਾਈਲ ਨੂੰ ਤੇ ਉਸ ਵੇਲੇ ਦੇ ਸਮੇਂ ਨੂੰ ਹਾਲਾਤ ਨੂੰ ਦੱਸਿਆ ਦੇ ਵਰ ਹਾਰਰਸ ਆਫ ਸਟਾਰਵੇਸ਼ਨ ਐਂਡ ਕ੍ਰੂਐਲਟੀ ਦੈਟ ਦ ਪੀਪਲ ਆਫ ਇਜ਼ਰਾਈਲ ਐਂਡਿਊਰਡ ਜਿਹੜੇ ਇਜ਼ਰਾਈਲ ਦੇ ਲੋਕ ਹੈਗੇ ਸੀ ਉਹਨਾਂ ਨੂੰ ਜਿਹੜਾ ਹੈਗਾ ਬੜੀ ਭੁੱਖਮਰੀ ਔਰ ਅਤਿਆਚਾਰ ਸਹਿਣਾ ਪਿਆ ਯੂ ਸੀ ਮੈਨੀ ਈਅਰਸ ਅਗੋ ਬਿਫੋਰ ਦੈਟ ਹੇਜ਼ਕੀਆ ਕਿੰਗ ਹੇਜ਼ਕੀਆ ਹੈਡ ਪ੍ਰਾਊਡਲੀ ਸ਼ੋਨ ਦ ਟੈਂਪਲ ਦ ਹਿਸ ਵੈਲਥ ਐਂਡ ਐਵਰੀਥਿੰਗ ਐਂਡ ਗੋਡ ਸੈਡ ਬੈਬੀਲੋਨੀਅਨਸ ਆਰ ਗੋਇੰਗ ਟੂ ਟੇਕ ਐਵਰੀਥਿੰਗ ਉਹ ਤੋਂ ਕੁਝ ਸਾਲ ਪਹਿਲਾਂ ਜਿਹੜਾ ਹੈਗਾ ਹੇਜ਼ਕੀਆ ਰਾਜਾ ਨੇ ਜਿਹੜਾ ਹੈਗਾ ਬੈਬੀਲੋਨ ਦੇ ਲੋਕਾਂ ਨੂੰ ਜਿਹੜੇ ਆਏ ਸੀ ਦੂਤ ਉਹਨਾਂ ਨੂੰ ਆਪਣਾ ਸਾਰਾ ਪੈਸਾ ਪੂਸਾ ਸਾਰਾ ਕੁਝ ਦਿਖਾਇਆ ਹੈਗਾ ਸੀ ਔਰ ਉਸ ਵੇਲੇ ਕਿਹਾ ਸੀ ਪਰਮੇਸ਼ਵਰ ਨੇ ਕਿ ਬੈਬੀਲੋਨ ਜਿਹੜਾ ਤੁਹਾਨੂੰ ਲੈ ਕੇ ਚਲਾ ਜਾਏਗਾ ਇੱਥੋਂ ਦੇ ਟੁੱਕ ਦ ਬੈਸਟ ਆਫ ਦ ਸਰਵਾਈਵਰਸ ਦ ਏਬਲੈਸਟ ਐਂਡ ਮੇਡ ਦੇਮ ਸਲੇਵਸ ਇਨ ਬੈਬੀਲੋਨ ਜਿੰਨੇ ਵੀ ਬਚੇ ਹੋਏ ਲੋਕ ਹੈਗੇ ਸੀ ਜੋ ਆਕਰਮਣ ਦੇ ਬਾਅਦ ਜਿਹੜੇ ਤਗੜੇ ਹੈਗੇ ਸੀ ਉਹਨਾਂ ਨੂੰ ਬੈਬੀਲੋਨ ਲੈ ਗਏ ਸੀ ਔਰ ਜਿਹੜੇ ਦਰਿਦਰ ਹੈਗੇ ਸੀ ਉਹਨਾਂ ਨੂੰ ਛੱਡਤਾ ਸੀ ਦੇ ਰੈਨਸੈਕ ਦ ਟੈਂਪਲ ਐਂਡ ਸਿਸਟਮੈਟਿਕਲੀ ਡਿਸਮੈਂਟਲਡ ਐਵਰੀਥਿੰਗ ਦੈਟ ਸੋਲੋਮਨ ਹੈਡ ਬੀਨ ਬਿਲਟ ਇਟ ਹੈਡ ਬਿਲਟ ਦੇਅਰ ਔਰ ਜਿਹੜੇ ਸੋਲੋਮਨ ਰਾਜਾ ਨੇ ਜਿਹੜੇ ਜੋ ਮੰਦਰ ਨੂੰ ਬਣਾਇਆ ਹੈਗਾ ਸੀ ਉਹਨੂੰ ਸਾਰਾ ਤੈਸ਼ ਨੈਸ਼ ਕਰਕੇ ਜਿਹੜਾ ਹੈ ਸਾਰੀ ਚੀਜ਼ਾਂ ਲੈ ਗਏ ਬਟ ਦ ਬਿਗੈਸਟ ਪ੍ਰੋਬਲਮ ਵਾਸ ਇਜ਼ਰਾਈਲਾਈਟਸ ਡਿਡ ਇਟ ਫੋਰ ਅਨਟੂ ਦੈਮਸੈਲਵਸ ਸਭ ਤੋਂ ਵੱਡੀ ਗੱਲ ਹੈਗੀ ਕਿ ਇਜ਼ਰਾਈਲ ਨੇ ਇਹ ਆਪਣੇ ਉੱਪਰ ਖੁਦ ਕੀਤਾ ਦੇ ਹੈਡ ਰਿਬੈਲਡ ਅਗੇਂਸਟ ਗੋਡ ਸੋ ਮਚ ਦੈਟ ਗੋਡ ਹੈਡ ਟੂ ਟੇਕ ਦਿਸ ਐਕਸ਼ਨ ਉਹ ਪਰਮੇਸ਼ਵਰ ਦੇ ਇੰਨੇ ਵਿਰੁੱਧ ਚੱਲੇ ਕਿ ਪਰਮੇਸ਼ਵਰ ਨੂੰ ਇਹ ਚੀਜ਼ ਕਰਨੀ ਪਈ ਸੇਮ ਗੋਡ ਹੂ ਰਿਮੂਵਡ ਦ ਅਮੋਰਾਈਟਸ ਦ ਪਿਜ਼ਾਈਟਸ ਐਂਡ ਦੀ ਹਿਟਾਈਟਸ ਐਂਡ ਆਲ ਦੀ ਅਦਰ ਵਨਸ ਆਊਟ ਆਫ ਦਿਸ ਲੈਂਡ ਟੂ ਗਿਵ ਇਟ ਟੂ ਇਜ਼ਰਾਈਲ ਹੈਡ ਟੋਲਡ ਦੈਮ ਦੈਟ ਇਫ ਯੂ ਫੋਲੋ ਵਾਟ ਦੇ ਆਰ ਡੂਇੰਗ ਆਈ ਵਿਲ ਟੇਕ ਯੂ ਆਊਟ ਆਲਸੋ ਇਹ ਉਹੀ ਪਰਮੇਸ਼ਵਰ ਹੈਗਾ ਜਿਨ੍ਹਾਂ ਨੇ ਜਿਹੜੇ ਹੈਗੇ ਜਿੰਨੇ ਲੋਕ ਹੈਗੇ ਸੀ ਉਹ ਜਿੱਥੇ ਇਜ਼ਰਾਈਲ ਹੈਗਾ ਸੀ ਉਸ ਤੋਂ ਪਹਿਲਾਂ ਜਿਹੜੇ ਰਾਜੇ ਹੈਗੇ ਸੀ ਉਹਨਾਂ ਨੂੰ ਬਾਹਰ ਕੱਢਿਆ ਸੀ ਔਰ ਇਹ ਕਿਹਾ ਸੀ ਕਿ ਜੇ ਤੁਸੀਂ ਇਹਨਾਂ ਦੇ ਕਹੇ ਹੋਏ ਕੰਮਾਂ ਦੇ ਪਿੱਛੇ ਚੱਲੋਗੇ ਤਾਂ ਤੁਹਾਨੂੰ ਵੀ ਬਾਹਰ ਕੱਢ ਦਿਆਂਗਾ ਦ ਬੁੱਕ ਆਫ ਲੈਮੈਂਟੇਸ਼ਨਸ ਵਾਸ ਰਿਟਨ ਲਾਈਕ ਹਾਊ ਡੂ ਯੂ ਕਮ ਹਾਊ ਡੂ ਯੂ ਫੇਸ ਦਿਸ ਸੋਰੋ ਇਹ ਕਿਤਾਬ ਜਿਹੜੀ ਹੈਗੀ ਲੈਮੈਂਟੇਸ਼ਨ ਦੀ ਲਿਖੀ ਗਈ ਹੈਗੀ ਕਿ ਇਸ ਦੁੱਖ ਦਾ ਸਾਹਮਣਾ ਕਿਸ ਤਰ੍ਹਾਂ ਕਰਨਾ ਸੋ ਵਾਟ ਡੂ ਯੂ ਡੂ ਵੈਨ ਯੂ ਫੇਸ ਦਿਸ ਸੋਰੋ ਕਿ ਜਦੋਂ ਤੁਸੀਂ ਸਾਹਮਣਾ ਕਰਦੇ ਹੋਗੇ ਦੁੱਖ ਦਾ ਕੀ ਕਰਨਾ ਹਾਊ ਡੂ ਯੂ ਕੀਪ ਫਰੋਮ ਸਿੰਕਿੰਗ ਡਾਊਨ ਇਨ ਟੂ ਡਿਪਰੈਸ਼ਨ ਤੁਸੀਂ ਜਿਹੜਾ ਹੈਗਾ ਬਹੁਤ ਜ਼ਿਆਦਾ ਦੁੱਖ ਦੇ ਅੰਦਰ ਕਿਸ ਤਰ੍ਹਾਂ ਨਾ ਚਲੇ ਜਾਓ ਕਿਸ ਤਰ੍ਹਾਂ ਕਰਨਾ ਹਾਊ ਡੂ ਯੂ ਕੀਪ ਦ ਸੋਰੋਜ਼ ਐਂਡ ਟ੍ਰਬਲਸ ਫਰੋਮ ਦ ਪਾਸਟ ਫਰੋਮ ਪੋਇਜ਼ਨਿੰਗ ਯੂਅਰ ਫਿਊਚਰ ਕਿ ਪੁਰਾਣੇ ਜਿਹੜੇ ਦੁੱਖ ਹੈਗੇ ਉਹਨਾਂ ਨੂੰ ਜਿਹੜਾ ਹੈਗਾ ਜ਼ਹਿਰ ਤੁਹਾਡੇ ਜਿਹੜਾ ਹੈਗਾ ਅੱਜ ਦੇ ਸਮੇਂ ਦੇ ਉੱਤੇ ਨਾ ਆਵੇ ਉਹਨੂੰ ਕਿਸ ਤਰ੍ਹਾਂ ਕਰਨਾ ਹਾਊ ਡੂ ਯੂ ਹੋਪ ਟੂ ਕੈਰੀ ਔਨ
ਕਿਸ ਤਰ੍ਹਾਂ ਤੁਸੀਂ ਆਸ਼ਾ ਰੱਖਣੀ ਹੈਗੀ ਕਿ ਅੱਗੇ ਚੱਲਦੇ ਰਹੋ ਦੈਟਸ ਵਾਟ ਵੀ ਆਰ ਗੋਇੰਗ ਟੂ ਸੀ ਇਨਟੂ ਦਿਸ ਬੁੱਕ ਆਫ ਲੈਮੈਂਟੇਸ਼ਨਸ ਦਿਸ ਆਫਟਰਨੂਨ ਇਸ ਕਿਤਾਬ ਦੇ ਅੰਦਰ ਇਹੀ ਚੀਜ਼ ਦੇਖਾਂਗੇ ਅਸੀਂ ਲੈਟ ਅਸ ਫਸਟ ਆਫ ਆਲ ਲੁੱਕ ਫਾਰ ਵਰਸਸ 19 ਟੂ 21 ਅਸੀਂ ਜਿਹੜਾ ਹੈਗਾ 19 ਤੋਂ 21 ਵਰਸ ਦੇਖਨੇ ਆ ਹਿਅਰ ਜੇਰੇਮਾਇਆ ਇਜ਼ ਸਿੰਕਿੰਗ ਇਨਟੂ ਅ ਸੋਰਟ ਆਫ ਡਿਸਪੋਂਡੈਂਸੀ ਔਰ ਡਿਪਰੈਸ਼ਨ ਇੱਥੇ ਜਿਹੜਾ ਹੈਗਾ ਉਹਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਜਾ ਰਿਹਾ ਹੈਗਾ ਦ ਮੋਰ ਹੀ ਡਵੈਲਸ ਔਨ ਦ ਸੋਰੋ ਦ ਮੋਰ ਸੋਰੋਫੁਲ ਹੀ ਬਿਕਮਸ ਜਿੰਨਾ ਦੁੱਖ ਦੇ ਬਾਰੇ ਜਿਹੜਾ ਮੰਥਨ ਕਰਦਾ ਹੈਗਾ ਹੋਰ ਜ਼ਿਆਦਾ ਦੁਖੀ ਹੁੰਦਾ ਇਟ ਲੀਡਸ ਅਸ ਟੂ ਦ ਫਸਟ ਪੁਆਇੰਟ ਆਈ ਵਾਂਟ ਟੂ ਮੇਕ ਟੂਡੇ ਇੱਥੇ ਜਿਹੜਾ ਹੈਗਾ ਮੈਂ ਪਹਿਲੇ ਪੁਆਇੰਟ ਦੇ ਉੱਤੇ ਆਉਣਾ ਹੈਗਾ ਦ ਟਾਈਟਲ ਇਜ਼ ਦਿਸ ਸ਼ੀਰਸ਼ਕ ਇਹ ਆ ਗਾਡ ਆਫ ਫੇਥਫੁਲਨੈਸ ਪਰਮੇਸ਼ਵਰ ਵਿਸ਼ਵਾਸ ਯੋਗਿਤਾ ਦੇ God of faithfulness. Parmeshwar vishwas se yogi. We are leading point by point towards this truth. Asi jada hai ek ek kadam karke jada hai is sachai de or ja rahe hain. The first point, remember this. Pehla point hai yaad rakho. Dwelling on your sorrow will only increase your sorrow. Je apne dukh de bare sochde rahoge te dukh hor vadega. It does not mean that you cannot express your sorrow. ਇਹਦਾ ਅਰਥ ਇਹ ਨਹੀਂ ਹੈਗਾ ਕਿ ਤੁਸੀਂ ਜਿਹੜਾ ਹੈਗਾ ਦੱਸ ਨਹੀਂ ਸਕਦੇ ਆਪਣੇ ਦੁੱਖ ਨੂੰ ਵੈਨ ਯੂ ਐਕਸਪੀਰੀਅੰਸ ਐਨੀ ਟਾਈਪ ਆਫ ਲਾਸ ਕਿਸੇ ਤਰ੍ਹਾਂ ਦੀ ਕੋਈ ਚੀਜ਼ ਗੁਆਚੀ ਜਾਂਦੀ ਹੈ ਇਟ ਇਜ਼ ਗੁੱਡ ਐਂਡ ਇਟ ਇਜ਼ ਰਾਈਟ ਟੂ ਐਕਸਪ੍ਰੈਸ ਇਟ ਇਹ ਅੱਛੀ ਚੀਜ਼ ਹੈਗੀ ਹੈ ਕਿ ਤੁਸੀਂ ਉਹਨੂੰ ਜਿਹੜਾ ਹੈਗਾ ਅੱਗੇ ਦੱਸੋ ਯੂ ਡੋਂਟ ਹੈਵ ਟੂ ਬੀ ਡਰਾਮੈਟਿਕ ਤੁਸੀਂ ਜਿਹੜਾ ਹੈਗਾ ਬਹੁਤ ਡਰਾਮਾ ਨਹੀਂ ਕਰਨਾ ਬਟ ਵਾਟ ਇਜ਼ ਇਨ ਯੋਰ ਹਾਰਟ ਨੀਡਸ ਟੂ ਕਮ ਆਊਟ ਜੋ ਤੁਹਾਡੇ ਦਿਲ ਹੈ ਉਹ ਬਾਹਰ ਨਿਕਲਣਾ ਜ਼ਰੂਰੀ ਹੈ ਸਮ ਪੀਪਲ ਟੀਚ ਓ ਕ੍ਰਿਸਚੀਅਨ ਸ਼ੁੱਡ ਨਾਟ ਬੀ ਯੂ ਨੋ ਵੈਰੀ ਸ਼ੁੱਡ ਬੀ ਵੈਰੀ ਵਾਟ ਯੂ ਕਾਲ mature and not show sorrow kai log kehnde hai ke masih log jehde hai bade mature hona chahida hai aur dukh jehda hai ga samne dikhana nahi chahida and many believers come into this pressure of putting on a happy face and pretend to be happy aur kai masih jehde hai ge eh dikhana shuru kar dende ke ha vi main bada khush ha this is not right eh sach nahi hai you see paul's letters ਪੌਲਸ ਦੀ ਜਿਹੜੀ ਚਿੱਠੀਆਂ ਦੇਖੋ ਪੌਲ ਨੈਵਰ ਸਟੂਡ ਬੈਕ ਫਰੋਮ ਟੈਲਿੰਗ ਹਿਸ ਸਟਰਗਲਸ ਪੌਲਸ ਨੇ ਜਿਹੜਾ ਹੈਗਾ ਜੋ ਮੁਸ਼ਕਲਾਂ ਆਈਆਂ ਉਹ ਸਾਹਮਣੇ ਕਈਆਂ ਉਹਨੇ ਦੇਰ ਸਮ ਪੀਪਲ ਹੂ ਟੀਚ ਇਨਡਿਫਰੈਂਸ ਕਈ ਜਿਹੜੇ ਹੈਗੇ ਸਿੱਖਿਆ ਦਿੰਦੇ ਹੈਗੇ ਇਨਡਿਫਰੈਂਸ ਇਨਡਿਫਰੈਂਸ ਮੀਨਸ ਦੇ ਟੀਚ ਦੈਟ ਯੂ ਸ਼ੁੱਡ ਨਾਟ ਸ਼ੋਅ ਐਨੀ ਇਮੋਸ਼ਨ ਐਟ ਦ ਟਾਈਮ ਆਫ ਲਾਸ ਉਹ ਕਹਿੰਦੇ ਹੈਗੇ ਕਿ ਬਈ ਜਦੋਂ ਕੋਈ ਤੁਹਾਡੀ ਕੋਈ ਨੁਕਸਾਨ ਹੁੰਦਾ ਹੈਗਾ ਤਾਂ ਉਸ ਵੇਲੇ ਕੋਈ ਇਮੋਸ਼ਨ ਨਾ ਦਿਖਾਓ ਜਸਟ ਰਿਜ਼ਾਈਨ ਯੋਰਸੈਲਫ ਟੂ ਯੋਰ ਦ ਫੇਟ ਕਿ ਜੋ ਹੋਇਆ ਹੈਗਾ ਭਾਗੇ ਦੇ ਅੰਦਰ ਉਹੀ ਉਹਨੂੰ ਮੰਨ ਲਓ ਸਮਝੌਤਾ ਕਰ ਲਓ ਡੋਂਟ ਬੀ ਅਪਸੈਟ ਦੁਖੀ ਨਾ ਹੋ ਸਿੰਪਲੀ ਐਕਸੈਪਟ ਵਾਟ ਹੈਸ ਹੈਪਨ ਟੂ ਯੂ ਸਿਰਫ ਸਮਝੌਤਾ ਕਰ ਲਓ ਜੋ ਹੋਇਆ ਤੁਹਾਡੇ ਨਾਲ ਐਸ ਕ੍ਰਿਸਚੀਅਨਸ ਵੀ ਡੋਂਟ ਬਿਲੀਵ ਇਨ ਫੇਟ ਮਸੀਹ ਹੋਣ ਦੇ ਨਾਤੇ ਅਸੀਂ ਜਿਹੜਾ ਹੈਗਾ ਭਾਗੇ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਵੀ ਬਿਲੀਵ ਇਨ ਗੋਡ ਅਸੀਂ ਪਰਮੇਸ਼ਵਰ 'ਚ ਵਿਸ਼ਵਾਸ ਰੱਖਦੇ ਹਾਂ ਸੀ ਵਾਈਲ ਦੀਸ ਆਈਡੀਆਜ਼ ਲੁੱਕ ਗੁੱਡ ਦੇ ਆਰ ਨਾਟ ਬਿਬਲੀਕਲ ਇਹ ਆਈਡੀਆ ਜਿਹੜੇ ਹੈਗੇ ਦੇਖਣ ਨੂੰ ਅੱਛੇ ਲੱਗਦੇ ਹੈਗੇ ਲੇਕਿਨ ਬਾਈਬਲ 'ਚ ਨਹੀਂ ਹੈਗੇ ਗੋਡ ਟੀਚਸ ਅਸ ਥਰੂ ਆਊਟ ਦ ਸਕ੍ਰਿਪਚਰ ਦੈਟ ਵੀ ਸ਼ੁੱਡ ਐਕਸਪ੍ਰੈਸ ਆਵਰ ਸੋਰੋ ਪਰਮੇਸ਼ਵਰ ਨੇ ਵਚਨ ਦੇ ਅੰਦਰ ਸਾਰੀ ਜਗ੍ਹਾ ਕਿਹਾ ਹੈਗਾ ਕਿ ਦੁੱਖ ਨੂੰ ਜਿਹੜਾ ਹੈਗਾ ਬਾਹਰ ਕੱਢੋ ਸਪੈਸ਼ਲੀ ਇਨ ਟਾਈਮਸ ਆਫ ਟਰਬਲ ਖਾਸ ਤੌਰ ਦੇ ਉੱਤੇ ਮੁਸ਼ਕਲਾਂ ਦੇ ਸਮੇਂ ਦ ਹੋਲ ਬੁੱਕ ਆਫ ਲੈਮੈਂਟੇਸ਼ਨ ਇਜ਼ ਐਨ ਐਕਸਪ੍ਰੈਸ਼ਨ ਆਫ ਸੋਰੋ ਦੈਟ ਜਰੇਮਾਇਆ ਰੋਟ ਆਫ ਵਾਟ ਹੈਸ ਹੈਪਨ ਟੂ ਜਰੂਸਲੇਮ ਪੂਰੀ ਪੁਸਤਕ ਜਿਹੜੀ ਹੈਗੀ ਹੈ ਲੈਮੈਂਟੇਸ਼ਨ ਦੀ ਉਹ ਯਰਮਾਇਆ ਦੇ ਜਿਹੜੇ ਹੈਗੇ ਦੁੱਖ ਨੂੰ ਬਾਹਰ ਕੱਢਦੀ ਹੈਗੀ ਦਿਲ ਨੂੰ ਕਿ ਯਰੂਸ਼ਲਮ ਨੂੰ ਕੀ ਹੋਇਆ ਯੂ ਰੀਡ ਦ ਸਾਮਸ ਜਿਹੜੇ ਹੈਗੇ ਭਜਨ ਸੰਹਿਤਾ ਪੜ੍ਹੋ ਔਰ ਐਵਰੀ ਪਰਸਨ ਹੂ ਰੋਟ ਦ ਸਾਮਸ ਅਦਰ ਦੈਨ ਯੂ ਨੋ ਕਿੰਗ ਡੇਵਿਡ ਐਂਡ ਸਮ ਅਦਰਸ ਰੋਟ ਏਸਾਫ ਫੋਰ ਐਗਜ਼ਾਮਪਲ ਦੇ ਆਲ ਐਕਸਪ੍ਰੈਸ ਦੇ ਸੋਰੋਸ ਜਿਨ੍ਹਾਂ ਨੇ ਵੀ ਜਿਹੜੇ ਹੈਗੇ ਉਹ ਲਿਖੇ ਭਜਨ ਜਿਹੜੇ ਹੈਗੇ ਉਹਨਾਂ ਨੇ ਸਾਰਿਆਂ ਨੇ ਦੁੱਖ ਜਿਹੜਾ ਆਪਣਾ ਬਾਹਰ ਕੱਢਿਆ ਸੀ ਵਾਟ ਪੌਲ ਸੈਡ ਰੋਮਨਸ 12:15 ਰੋਮੀਓ 12:15 ਦੇ ਅੰਦਰ ਪੌਲਸ ਨੇ ਕੀ ਕਿਹਾ ਰਿਜੋਇਸ ਵਿਦ ਦੋਸ ਹੂ ਰਿਜੋਇਸ ਮੌਨ ਵਿਦ ਦੋਸ ਹੂ ਮੌਨ ਆਨੰਦ ਕਰਨੇ ਵਾਲੋਂ ਕੇ ਸਾਥ ਆਨੰਦ ਕਰੋ ਔਰ ਰੋਨੇ ਵਾਲੋਂ ਕੇ ਸਾਥ ਰੋਓ ਇਫ ਯੂ ਆਰ ਸਟਿਲ ਨਾਟ ਕਨਵਿੰਸਡ ਜੇ ਤੁਸੀਂ ਹੁਣੇ ਵੀ ਨਹੀਂ ਮੰਨਦੇ ਦਿਸ ਇਜ਼ ਵਾਟ ਵਾਸ ਟੋਲਡ ਆਫ ਲਾਰਡ ਜੀਸਸ ਕ੍ਰਾਈਸਟ ਇਹ ਪ੍ਰਭੂ ਯਿਸੂ ਦੇ ਬਾਰੇ ਚ ਕਿਹਾ ਗਿਆ ਸੀ ਆਇਜ਼ਾਇਆ 53:3 ਯਸ਼ਾਇਆ 53:3 ਹੀ ਇਜ਼ ਡਿਸਪਾਈਸ ਐਂਡ ਰਿਜੈਕਟਡ ਆਫ ਮੈਨ ਅ ਮੈਨ ਆਫ ਸੋਰੋਸ ਐਂਡ ਅਕਵੈਂਟਡ ਵਿਦ ਗਰੀਫ ਐਂਡ ਵੀ ਹਿਡ ਐਜ਼ ਇਟ ਵੇਅਰ ਆਵਰ ਫੇਸਿਸ ਫਰੋਮ ਹਿਮ ਹੀ ਵਾਸ ਡਿਸਪਾਈਸਡ ਐਂਡ ਵੀ ਐਸਟੀਮਡ ਹਿਮ ਨਾਟ ਵੈ ਤੁਛ ਜਾਣਾ ਜਾਤਾ ਔਰ ਮਨੁਸ਼ਿਓ ਕਾ ਤਿਆਗਾ ਹੁਆ ਥਾ ਵੈ ਦੁਖੀ ਪੁਰਸ਼ ਥਾ ਰੋਗ ਸੇ ਉਸਕੀ ਜਾਨ ਪਹਿਚਾਨ ਥੀ ਔਰ ਲੋਗ ਉਸਕੇ ਮੁਖ ਸੇ ਫੇਰ ਲੇਤੇ ਥੇ ਵਹਿ ਤੁਛ ਜਾਣਾ ਗਿਆ ਔਰ ਹਮਨੇ ਉਸਕਾ ਮੂਲ ਨਾ ਜਾਣਾ ਇਟ ਇਜ਼ ਗੁੱਡ ਐਂਡ ਰਾਈਟ ਫਾਰ ਯੂ ਟੂ ਐਕਸਪ੍ਰੈਸ ਯੋਰ ਸੋਰੋ ਇਹ ਅੱਛੀ ਚੀਜ਼ ਹੈਗੀ ਹੈ ਔਰ ਸਹੀ ਹੈਗਾ ਕਿ ਤੁਸੀਂ ਆਪਣੇ ਦੁੱਖ ਨਾਲ ਬਖਾਨ ਕਰੋ ਗਾਡ ਗੇਵ ਯੂ ਟੀਅਰ ਡਕਟਸ ਫਾਰ ਅ ਰੀਜ਼ਨ ਪਰਮੇਸ਼ੁਰ ਨੇ ਜਿਹੜਾ ਹੈਗਾ ਅੱਖਾਂ ਦੇ ਅੰਦਰ ਜਿਹੜਾ ਹੈਗਾ ਆਸੂ ਬਣਾਉਣ ਵਾਲੇ ਜਿਹੜਾ ਹੈਗਾ ਅੰਗ ਦਿੱਤਾ ਹੈ ਉਹਦਾ ਕੋਈ ਕਾਰਨ ਹੈ ਸੋ ਯੂ ਸ਼ੁੱਡ ਯੂਜ਼ ਦੈਮ
ਉਹਨਾਂ ਨੂੰ ਇਸਤੇਮਾਲ ਕਰੋ ਕ੍ਰਾਈ ਵੈਨ ਯੂ ਨੀਡ ਟੂ ਰੋ ਜਦੋਂ ਲੋੜ ਹੈ ਟਾਕ ਅਬਾਊਟ ਇਟ ਗੱਲ ਕਰੋ ਉਹਦੇ ਬਾਰੇ ਪ੍ਰੇ ਅਬਾਊਟ ਇਟ ਪ੍ਰਾਰਥਨਾ ਕਰੋ ਪ੍ਰੇ ਵਿਦ ਅਨਦਰ ਬਿਲੀਵਰ ਦੂਜੇ ਵਿਸ਼ਵਾਸੀ ਨਾਲ ਪ੍ਰਾਰਥਨਾ ਰਾਈਟ ਅ ਪੋਇਮ ਪੋਇਮ ਲਿਖੋ ਰਾਈਟ ਅ ਸੌਂਗ ਇੱਕ ਗਾਣਾ ਲਿਖੋ ਮੈਨੀ ਸੌਂਗਸ ਹੈਵ ਕਮ ਆਊਟ ਆਫ ਡੀਪ ਸੋਰੋ ਕਈ ਬੜੇ ਦੁੱਖ ਤੋਂ ਜਿਹੜੇ ਹੈਗੇ ਗਾਣੇ ਨਿਕਲੇ ਹੈਗੇ ਡੀਪ ਸੋਰੋ ਐਂਡ ਟਰਸਟ ਇਨ ਗੋਡ ਬੜੇ ਦੁੱਖ ਦੇ ਅੰਦਰ ਔਰ ਪਰਮੇਸ਼ਵਰ ਦੇ ਵਿਸ਼ਵਾਸ ਦੇ ਅੰਦਰ ਐਕਸਪ੍ਰੈਸਿੰਗ ਸੋਰੋ ਇਜ਼ ਨਾਟ ਅ ਪ੍ਰੋਬਲਮ ਆਪਣੇ ਦੁੱਖ ਨੂੰ ਬਖਾਨ ਕਰਨਾ ਜਿਹੜਾ ਹੈਗਾ ਉਹ ਗਲਤ ਚੀਜ਼ ਨਹੀਂ ਹੈਗੀ ਬਟ ਡਵੈਲਿੰਗ ਔਨ ਸੋਰੋ ਇਜ਼ ਅ ਪ੍ਰੋਬਲਮ ਲੇਕਿਨ ਉਹਦੇ ਬਾਰੇ ਬਾਰ ਬਾਰ ਸੋਚਦੇ ਰਹਿਣਾ ਮੰਥਨ ਕਰਦੇ ਰਹਿਣਾ ਉਹ ਗਲਤ ਹੈ ਡਵੈਲਿੰਗ ਔਨ ਸੋਰੋ ਓਨਲੀ ਇਨਕਰੀਜ਼ਸ ਯੂਅਰ ਸੋਰੋ ਉਹ ਜੋ ਦੁੱਖ ਦੇ ਬਾਰੇ ਸੋਚਦੇ ਜਿਹੜਾ ਹੈਗਾ ਉਹਦੇ ਨਾਲ ਦੁੱਖ ਵੱਧਦਾ ਡਵੈਲਿੰਗ ਔਨ ਸੋਰੋ ਵਿਲ ਓਨਲੀ ਫਿਲ ਯੂ ਵਿਦ ਪੋਇਜ਼ਨ ਐਂਡ ਬਿਟਰਨੈਸ ਦੁੱਖ ਦੇ ਬਾਰੇ ਮੰਥਨ ਕਰਨ ਦੇ ਨਾਲ ਜਿਹੜਾ ਹੈਗਾ ਤੁਹਾਡੇ ਮਨ ਦੇ ਅੰਦਰ ਜਿਹੜਾ ਹੈਗਾ ਕੜਵਾਹਟ ਹੋਏਗੀ ਜਰਮਾਇਆ ਇਜ਼ ਸੇਇੰਗ ਦਿਸ ਇਨ ਦ 19th ਵਰਸ ਲੈਮੈਂਟੇਸ਼ਨਸ 3:19 ਆਈ ਰਿਮੈਂਬਰ ਮਾਈ ਅਫਲਿਕਸ਼ਨ ਮਾਈ ਵਾਂਡਰਿੰਗ ਦ ਬਿਟਰਨੈਸ ਐਂਡ ਦ ਗਾਲ ਲੈਮੈਂਟੇਸ਼ਨ 3:19 ਚ ਲਿਖਿਆ ਹੈਗਾ ਮੇਰਾ ਦੁੱਖ ਔਰ ਮਾਰਾ ਮਾਰਾ ਫਿਰਨਾ ਮੇਰਾ ਨਾਗ ਦੋਨੇ ਔਰ ਵਿਸ਼ ਕਾ ਪੀਣਾ ਸਮਰਨ ਕਰ ਹੀ ਰਿਮੈਂਬਰਸ ਦੀਸ 4 ਥਿੰਗਸ ਇਹ ਚੀਜ਼ ਚਾਰ ਚੀਜ਼ਾਂ ਯਾਦ ਕਰਦਾ ਅਫਲਿਕਸ਼ਨ ਦੁੱਖ ਵਾਂਡਰਿੰਗ ਇੱਧਰ ਉੱਧਰ ਫਿਰਨਾ ਬਿਟਰਨੈਸ ਕੜਵਾਹਟ ਗਾਲ ਵਿਸ਼ ਕਾ ਪੀਣਾ ਇਸ ਦੈਟ 3:19 I don't know. Sometimes in the translation, we have need another translation for it sometimes. Anyway, the, you know, the word trouble or misery. ਇਹ ਲਫ਼ਜ਼ ਜਿਹੜਾ ਹੈਗਾ ਕਿ ਮੁਸ਼ਕਲ ਜਿਹੜਾ ਹੈਗਾ ਜਾਂ ਮਿਜ਼ਰੀ ਵੀ ਸੇ ਦੈਟ ਨੋ ਨੋਬਡੀ ਨੋਜ਼ ਦ ਟਰਬਲਸ ਦੈਟ ਆਈ ਹੈਵ ਬੀਨ ਥਰੂ ਅਸੀਂ ਕਹਿੰਦੇ ਹਾਂ ਕਿ ਜੋ ਮੁਸ਼ਕਲਾਂ ਸਾਡੇ ਤੋਂ ਹੀ ਹੈਗੀਆਂ ਕਿਸੇ ਨੂੰ ਨਹੀਂ ਸਮਝ ਆਉਂਦੀਆਂ ਔਰ ਦੈਟ ਇਜ਼ ਵਾਟ ਇਜ਼ ਅਫਲਿਕਸ਼ਨ ਇਨ ਦ ਬਾਈਬਲ ਇਹ ਅਫਲਿਕਸ਼ਨ ਲਫ਼ਜ਼ ਜਿਹੜਾ ਹੈਗਾ ਬਾਈਬਲ ਦੇ ਅੰਦਰ ਇਸਤੇਮਾਲ ਦ ਵਰਡ ਵਾਂਡਰਿੰਗ ਮੀਨਸ ਰੈਸਟਲੈਸਨੈਸ ਸਮਟਾਈਮਸ ਯੂ ਸੀ ਵੀ ਟੈਲ ਈਚ ਅਦਰ ਓ ਆਈ ਐਮ ਫੀਲਿੰਗ ਵੈਰੀ ਰੈਸਟਲੈਸ ਵਾਂਡਰਿੰਗ ਬਿਕੋਜ਼ ਵੀ ਡੋਨਟ ਫੋਕਸ ਔਨ ਗੋਡ ਇਹ ਲਫ਼ਜ਼ ਵਾਂਡਰਿੰਗ ਜਿਹੜਾ ਹੈਗਾ ਇਹ ਹੈਗਾ ਕਿ ਤੁਹਾਡਾ ਦਿਲ ਜਿਹੜਾ ਹੈਗਾ ਇੱਕ ਜਗ੍ਹਾ 'ਤੇ ਨਹੀਂ ਬਹਿੰਦਾ ਪਿਆ ਤੁਸੀਂ ਇੱਧਰ ਉੱਧਰ ਚਲਦੇ ਪਏ ਹੈਗੇ ਹੋ ਬਿਟਰਨੈਸ ਐਂਡ ਗੋਲ ਕਮ ਸਟੈਮ ਫਰੋਮ ਦ ਬਿਟਰ ਰੂਟ ਆਫ ਦ ਵਰਡਸ ਵਿਚ ਕੋਜ਼ ਵਿਚ ਆਰ ਪੋਇਜ਼ਨਸ ਆਰ ਮੇਡ ਔਰ ਵਿਚ ਆਰ ਵੈਰੀ ਬਿਟਰ ਟੂ ਟੇਸਟ ਇਹ ਕੜਵਾਹਟ ਜਿਹੜੀ ਹੈਗੀ ਹੈ ਇਹ ਉੱਥੋਂ ਆਉਂਦੀ ਹੈ ਕਿ ਵੀ ਜੋ ਵਿਸ਼ ਹੁੰਦਾ ਹੈਗਾ ਬੜਾ ਕੜਵਾ ਹੁੰਦਾ ਹੈਗਾ ਉੱਥੋਂ ਜਿਹੜਾ ਜੋ ਟੇਸਟ ਆਉਂਦਾ ਹੀ ਇਜ਼ ਰਿਮੈਂਬਰਿੰਗ ਆਲ ਦ ਟਰਬਲਸ ਦੈਟ ਹੀ ਵੈਂਟ ਥਰੂ ਡਿਊਰਿੰਗ ਦੀ ਬੈਬਲੋਨੀਅਨ ਇਨਵੇਸ਼ਨ ਜੋ ਬੈਬਲੋਨ ਨੇ ਜਦੋਂ ਆਕਰਮਣ ਕੀਤਾ ਤੇ ਉਹਦੇ ਅੰਦਰ ਜੋ ਦੁੱਖ ਹੋਏ ਉਹਨਾਂ ਨੂੰ ਜਿਹੜਾ ਸਮਰਨ ਕਰਦਾ ਪਿਆ ਹੈਗਾ ਹੀ ਮਸਟ ਬੀ ਫੀਲਿੰਗ ਗਿਲਟ ਬਿਕੋਜ਼ ਗੋਡ ਸਪੋਕ ਆਲ ਦੀਸ ਥਿੰਗਸ ਥਰੂ ਹਿਮ ਉਹਨੂੰ ਬੁਰਾ ਲੱਗਦਾ ਪਿਆ ਹੈਗਾ ਸੀ ਕਿਉਂਕਿ ਪਰਮੇਸ਼ਵਰ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਦੁਆਰਾ ਪਹਿਲਾਂ ਹੀ ਕਹੀ ਹੋਈਆਂ ਸੀ ਦ ਮੈਮਰੀਜ਼ ਕੀਪ ਹਿਟਿੰਗ ਜਰਮਾਇਆ ਉਹ ਯਾਦ ਜਿਹੜੀ ਹੈਗੀ ਹੈ ਬਾਰ ਬਾਰ ਉਹਨੂੰ ਆਉਂਦੀ ਹੈਗੀ ਐਂਡ ਦੇ ਆਰ ਪੋਇਜ਼ਨਿੰਗ ਹਿਮ ਲਾਈਕ ਅ ਬਿਟਰ ਰੂਟ ਔਰ ਵਿਸ਼ ਜਿਹੜਾ ਹੈਗਾ ਉਹਦੇ ਅੰਦਰ ਉਤਪੰਨ ਕਰਦੀ ਪਈ ਹੈ ਬਿਟਰ ਮੈਮਰੀਜ਼ ਆਰ ਲਾਈਕ ਅ ਪੋਇਜ਼ਨਸ ਰੂਟ ਕੜਵਾਹਟ ਯਾਦਾਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਜੜ੍ਹਾਂ ਜਿਹੜੀ ਹੈਗੀ ਵਿਸ਼ ਦੇ ਨਾਲ ਭਰੀਆਂ ਹੋਈਆਂ ਦੇ ਪੋਇਜ਼ਨ ਯੂਅਰ ਲਾਈਫ ਤੁਹਾਡੇ ਜੀਵਨ ਨੂੰ ਜਿਹੜਾ ਹੈਗਾ ਵਿਸ਼ ਦੇ ਨਾਲ ਭਰ ਦਿੰਦੀ ਹੈ ਦੇ ਪੋਇਜ਼ਨ ਯੂਅਰ ਰਿਲੇਸ਼ਨਸ਼ਿਪਸ ਉਹ ਤੁਹਾਡੇ ਜਿਹੜੇ ਨਾਤੇ ਹੈਗੇ ਉਹਨਾਂ ਨਾਲ ਵੀ ਜ਼ਹਿਰੀਲਾ ਕਰ ਦਿੰਦੀ ਹੈ ਦੇ ਪੋਇਜ਼ਨ ਯੂਅਰ ਰਿਲੇਸ਼ਨਸ਼ਿਪ ਵਿਦ ਗੋਡ ਤੁਹਾਡਾ ਪਰਮੇਸ਼ਵਰ ਦੇ ਨਾਲ ਜਿਹੜਾ ਨਾਤਾ ਉਹਨੂੰ ਵੀ ਜ਼ਹਿਰੀਲਾ ਕਰ ਦਿੰਦੇ ਵਿਦ ਯੂਅਰ ਫੈਮਿਲੀ ਐਂਡ ਵਿਦ ਈਚ ਅਦਰ ਪਰ ਆਪਣੇ ਪਰਿਵਾਰ ਦੇ ਨਾਲ ਔਰ ਦੂਜੇ ਲੋਕਾਂ ਦੇ ਨਾਲ ਦੈਟਸ ਵਾਈ ਆਈ ਐਨਕਰੇਜ ਆਲ ਕਪਲਸ ਵੈਨ ਵੀ ਕਾਉਂਸਲ ਦੈਮ ਤਾਂ ਹੀ ਜਿਹੜਾ ਹੈਗਾ ਮੈਂ ਪ੍ਰੋਤਸਾਹਨ ਦਿੰਦਾ ਹੈਗਾ ਕਪਲਸ ਨੂੰ ਡੋਂਟ ਸਲੀਪ ਬਿਫੋਰ ਯੂ ਸੈਟਲ ਯੂਅਰ ਡਿਫਰੈਂਸਿਸ ਔਰ ਯੂਅਰ ਫਾਈਟਸ ਔਰ ਯੂਅਰ ਆਰਗੂਮੈਂਟਸ ਆਪਣੀ ਲੜਾਈ ਜਾਂ ਜੋ ਵੀ ਝਗੜੇ ਹੈਗੇ ਉਹਨਾਂ ਨੂੰ ਸੈਟਲ ਕਰਕੇ ਹੀ ਜਿਹੜਾ ਹੈਗਾ ਸੋਵੋ ਬਿਕੋਜ਼ ਪੋਇਜ਼ਨ ਵਿਲ ਸਿਟ ਦੇਅਰ ਵਿਦਆਊਟ ਐਂਡ ਇਟ ਵਿਲ ਸਟਾਰਟ ਟੂ ਬਿਲਡ ਐਂਡ ਕ੍ਰਸ਼ ਯੂਅਰ ਲਵ ਕਿਉਂਕਿ ਜਿਹੜਾ ਜ਼ਹਿਰ ਹੈਗਾ ਉਹ ਉੱਥੇ ਹੀ ਰਹੇਗਾ ਤੁਹਾਡੇ ਦਿਲ ਦੇ ਅੰਦਰ ਔਰ ਤੁਹਾਡੇ ਪਿਆਰ ਨੂੰ ਜਿਹੜਾ ਹੈਗਾ ਘਟਾਏਗਾ ਐਂਡ Dwelling on sorrow will only increase your sorrow. ਔਰ ਆਪਣੇ ਦੁੱਖਾਂ ਦੇ ਬਾਰੇ ਸੋਚਦੇ ਰਹੋਗੇ ਤਾਂ ਉਹਦੇ ਨਾਲ ਦੁੱਖ ਹੋਰ ਵਧੇਗਾ. Here Jeremiah gives one more interesting perspective, which is my second point. ਮੇਰਾ ਦੂਜਾ ਪੁਆਇੰਟ ਇਹ ਹੈ ਕਿ ਜਿਹੜਾ ਯਰਮਾਇਆ ਨੇ ਇੱਕ ਬੜੀ ਦਿਲਚਸਪ ਚੀਜ਼ ਕਹੀ ਹੈ. Dwelling on your sorrow will eventually lead you to depression and despair. ਕਿ ਜੇ ਤੁਸੀਂ ਆਪਣੇ ਦੁੱਖਾਂ ਦੇ ਬਾਰੇ ਸੋਚਦੇ ਰਹੋਗੇ ਤਾਂ ਤੁਸੀਂ ਜਿਹੜਾ ਹੈਗਾ ਬੜੇ ਡਿਪਰੈਸ ਹੋ ਜਾਓਗੇ. Do you know that 20th century, the biggest sickness of 20th century? Tuhanu pata hai 20th sadi di jehdi hai sab to vaddi bimari ki hai? Is depression. Oh, depression. Is bigger than cancer. Oh, cancer to bhi zyada vaddi hai. You see, I'm going to take you through it. Now you will understand what Jeremiah is saying, how it's applicable to us. Main dassanga tuhanu ki Jeremiah jo kehnda paya hai ga, oh, sade utte kis tarah lagu hunda hai. You see, he says in verse 20, an interesting verse.
20 ਵਰਸ ਦੇ ਅੰਦਰ ਬੜੀ ਦਿਲਚਸਪ ਗੱਲ ਕਹੀ ਹੈ ਐਸ ਹੀ ਇਜ਼ ਡਵੈਲਿੰਗ ਔਨ ਦੀਸ ਬਿਟਰ ਮੈਮਰੀਜ਼ ਹੀ ਸੇਜ਼ ਮਾਈ ਸੋਲ ਹੈਥ ਥੈਮ ਸਟਿਲ ਇਨ ਰਿਮੈਂਬਰੈਂਸ ਐਂਡ ਇਜ਼ ਹੰਬਲਡ ਇਨ ਮੀ ਮੈਂ ਉਨੀ ਪਰ ਸੋਚਦਾ ਰਹਿਤਾ ਹੂੰ ਇਸਸੇ ਮੇਰਾ ਪ੍ਰਾਨ ਢਲਾ ਜਾਤਾ ਹੈ ਯੂ ਨੋ ਦ ਵਰਡ ਫਾਰ ਇਨ ਰਿਮੈਂਬਰੈਂਸ ਇਜ਼ ਐਨ ਇੰਟਰਸਟਿੰਗ ਹੀਬਰੂ ਵਰਡ ਇਹ ਰਿਮੈਂਬਰੈਂਸ ਲਫ਼ਜ਼ ਜਿਹੜਾ ਹੈਗਾ ਬੜਾ ਦਿਲਚਸਪ ਇਬਰਾਨੀ ਭਾਸ਼ਾ ਦਾ ਲਫ਼ਜ਼ ਹੈ ਇਟ ਮੀਨ ਕੀਪਿੰਗ ਇਨ ਰਿਮੈਂਬਰੈਂਸ ਐਂਡ ਕੀਪਿੰਗ ਇਟ ਫਰੈਸ਼ ਇਨ ਰਿਮੈਂਬਰੈਂਸ ਇਹਦਾ ਮਤਲਬ ਹੈ ਕਿ ਤੁਸੀਂ ਆਪਣੇ ਦਿਮਾਗ ਦੇ ਉੱਤੇ ਜਿਹੜਾ ਹੈਗਾ ਇੱਕਦਮ ਸਭ ਤੋਂ ਅੱਗੇ ਜਿਹੜਾ ਹੈਗਾ ਉਸ ਚੀਜ਼ ਨੂੰ ਲਿਆਓ ਔਰ ਸਾਰਾ ਟਾਈਮ ਯਾਦ ਕਰਦੇ ਰਹੋ ਲੈਟ ਮੀ ਗਿਵ ਯੂ ਅਰ ਗੁੱਡ ਐਗਜ਼ਾਮਪਲ ਅੱਛਾ ਉਦਾਹਰਨ ਦਿੰਦਾ ਸਮਬਡੀ ਹੈਜ਼ ਚੀਟਡ ਯੂ ਕਿਸੇ ਨੇ ਤੁਹਾਨੂੰ ਜਿਹੜਾ ਹੈਗਾ ਚੀਟ ਕੀਤਾ ਸੋ ਹਾਊ ਡੂ ਯੂ ਫੀਲ ਵੈਨ ਯੂ ਲੁੱਕ ਐਟ ਦੈਟ ਪਰਸਨ ਤੁਸੀਂ ਜਦੋਂ ਉਦੋਂ ਦੇਖਦੇ ਹੋ ਕਿ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਦ ਫਸਟ ਮੰਥ ਆਫਟਰ ਦ ਚੀਟਿੰਗ ਉਹ ਚੀਟ ਕਰਨ ਦੇ ਬਾਅਦ ਪਹਿਲੇ ਮਹੀਨੇ ਆਲ ਦ ਐਂਗਰ ਰਾਈਜ਼ਸ ਅਪ ਗੁੱਸਾ ਬਾਹਰ ਉੱਪਰ ਨਿਕਲਦਾ ਆਫਟਰ 1 ਇਅਰ ਸਾਲ ਦੇ ਬਾਅਦ ਡਿਪੈਂਡਿੰਗ ਔਨ ਦ ਅਮਾਊਂਟ ਆਫ ਚੀਟਿੰਗ ਐਵਰੀਥਿੰਗ ਕਮਸ ਅਪ ਅਗੇਨ ਇੱਕ ਸਾਲ ਦੇ ਬਾਅਦ ਜਿਹੜਾ ਹੈਗਾ ਕਿੰਨਾ ਉਹਨੇ ਚੀਟ ਕੀਤਾ ਉਹਦੇ ਨਾਲ ਹੋਰ ਦਿਸ ਇਜ਼ ਵਾਟ ਜਰਮਾਇਆ ਇਜ਼ ਸੇਇੰਗ ਜਰਮਾਇਆ ਹੀ ਕਹਿ ਰਿਹਾ ਹੈਗਾ ਇਟ ਕੀਪਸ ਮੀ ਇਨ ਰਿਮੈਂਬਰੈਂਸ ਆਲ ਦ ਟਾਈਮ ਦੈਟ ਇਜ਼ ਅ ਹੀਬਰੂ ਵਰਡ ਦੈਟ ਇਜ਼ ਇਟ ਕੀਪਸ ਇਟ ਫਰੈਸ਼ ਇਨ ਮਾਈ ਮਾਈਂਡ ਕਿ ਇਹ ਲਫ਼ਜ਼ ਜਿਹੜਾ ਇਸਤੇਮਾਲ ਹੋਇਆ ਇਸ ਵਰਸ ਦੇ ਅੰਦਰ ਇਹ ਹੈਗਾ ਕਿ ਮੇਰੇ ਦਿਮਾਗ ਦੇ ਅੰਦਰ ਤਾਜ਼ਾ ਰਹਿੰਦੀ ਹੈ ਚੀਜ਼ ਦੈਟਸ ਵਾਟ ਹੈਪਨ ਟੂ ਜਰਮਾਇਆ ਜਰਮਾਇਆ ਨੂੰ ਇਹੀ ਹੋਇਆ ਦੈਨ ਹੀ ਸੇਜ਼ ਮਾਈ ਐਂਡ ਇਜ਼ ਹੰਬਲਡ ਇਨ ਮੀ ਉਹ ਕਹਿੰਦਾ ਕਿ ਮੈਂ ਦੀਨ ਹੋਇਆ ਮੇਰਾ ਮਾਈ ਸੋਲ ਇਜ਼ ਹੰਬਲਡ ਮੇਰਾ ਜਿਹੜਾ ਹੈਗਾ ਆਤਮਾ ਜਿਹੜੀ ਇਹ ਦੀਨ ਹੋਈ ਦੈਟਸ ਅ ਵੈਰੀ ਨਾਈਸ ਵੇ ਆਫ ਪੁਟਿੰਗ ਇਟ ਆਈ ਐਮ ਡਿਪਰੈਸਡ ਇਨ ਮਾਈ ਮਾਈਂਡ ਇਹਨੂੰ ਬੜਾ ਅੱਛੇ ਤਰੀਕੇ ਨਾਲ ਕਿਹਾ ਗਿਆ ਹੈ ਕਿ ਮੈਂ ਆਪਣੇ ਦਿਮਾਗੋਂ ਜਿਹੜਾ ਹੈਗਾ ਡਿਪਰੈਸ ਹੋਇਆ ਹੋਇਆ ਵੇਇੰਗ ਡਾਊਨ ਬਾਈ ਵੇਟ ਡਾਊਨ ਬਾਈ ਆਲ ਆਵਰ ਟਰਬਲਸ ਮੇਰੀ ਜਾਨ ਸਾਰੀਆਂ ਜਿਹੜੀਆਂ ਮੁਸ਼ਕਲਾਂ ਹੈਗੀਆਂ ਉਹ ਮੈਨੂੰ ਥੱਲੇ ਝੁਕਾਉਂਦੀ ਪਈ ਐਂਡ ਯੂ ਸਟਾਰਟ ਟੂ ਸਿੰਕ ਬੀਨੀਥ ਦ ਲੋਡ ਔਰ ਤੁਸੀਂ ਜਿਹੜਾ ਹੈਗਾ ਉਹਦੇ ਬੋਝ ਦੇ ਥੱਲੇ ਜਿਹੜਾ ਹੈਗਾ ਦੱਬੇ ਜਾ ਰਹੇ ਹੋ ਵਾਂਸ ਯੂ ਸਟਾਰਟ ਸਿੰਕਿੰਗ ਇੱਕ ਵਾਰ ਤੁਸੀਂ ਜਿਹੜਾ ਹੈਗਾ ਡੁੱਬਣਾ ਸ਼ੁਰੂ ਕਰਦੇ ਹੋ ਯੂ ਵਿਲ ਲੂਸ ਸਾਈਟ ਆਫ ਹੋਪ ਤੁਹਾਨੂੰ ਜਿਹੜਾ ਹੈਗਾ ਆਸ਼ਾ ਨਜ਼ਰ ਨਹੀਂ ਆਏਗੀ ਐਂਡ ਯੂ ਵਿਲ ਗਿਵ ਇਨ ਟੂ ਡਿਸਪੇਅਰ ਔਰ ਤੁਸੀਂ ਡਿਸਪੇਅਰ ਨੂੰ ਦੇ ਥੱਲੇ ਚਲੇ ਜਾਓਗੇ ਸੋ ਪੈਰਾਫਰੇਜ਼ਿੰਗ ਦਿਸ ਇਟ ਸੇਜ਼ ਆਈ ਰਿਮੈਂਬਰ ਐਂਡ ਕੀਪ ਫਰੈਸ਼ ਮਾਈ ਸੋਰੋਸ ਐਂਡ ਸਿੰਕ ਇਨ ਟੂ ਡਿਸਪੇਅਰ ਐਂਡ ਡਿਪਰੈਸ਼ਨ ਕਿ ਮੈਂ ਜਿਹੜਾ ਹੈਗਾ ਆਪਣੇ ਦੁੱਖਾਂ ਨੂੰ ਜਿਹੜਾ ਹੈਗਾ ਬਾਰ ਬਾਰ ਜਿਹੜਾ ਹੈਗਾ ਆਪਣੇ ਦਿਮਾਗੋਂ ਸੋਚਣਾ ਪਿਆ ਹੈਗਾ ਔਰ ਮੈਂ ਡਿਪਰੈਸ ਹੋ ਰਿਹਾ ਡਵੈਲਿੰਗ ਔਨ ਯੂਅਰ ਸੋਰੋਸ ਓਨਲੀ ਪੋਇਜ਼ਨਸ ਯੂਅਰ ਸੈਲਫ ਆਪਣੇ ਦੁੱਖਾਂ ਦੇ ਉੱਤੇ ਧਿਆਨ ਲਗਾਉਣ ਦੇ ਨਾਲ ਜਿਹੜਾ ਹੈਗਾ ਤੁਹਾਡੇ ਅੰਦਰ ਵਿਸ਼ ਭਰ ਦੇ ਵਿਲ ਇਵੈਂਚੁਅਲੀ ਲੀਡ ਟੂ ਡਿਪਰੈਸ਼ਨ ਇਹਦੇ ਨਾਲ ਜਿਹੜਾ ਹੈ ਡਿਪਰੈਸ਼ਨ ਹੀ ਹੋਏਗਾ ਦਿਸ ਇਜ਼ ਪ੍ਰੂਵ ਐਂਡ ਆਈਲ ਸ਼ੋ ਯੂ ਇਹ ਸੱਤੇ ਹੈਗਾ ਮੈਂ ਦਿਖਾਉਣਾ CDC ਯੂ ਨੋ ਰਿਲੀਜ਼ਸ ਐਵਰੀ ਈਅਰ ਅ ਸਰਵੇ ਆਫ ਯੰਗ ਪੀਪਲ ਯੂਥ ਬਿਹੇਵੀਅਰ CDC ਜਿਹੜਾ ਹੈਗਾ ਯੂਆ ਲੋਕਾਂ ਦਾ ਜਿਹੜਾ ਹੈਗਾ ਸਰਵੇ ਕਰਕੇ ਉਹਦੇ ਰਿਜ਼ਲਟ ਦਿੰਦਾ ਹੈਗਾ 2023 ਸਰਵੇ ਸੇਜ਼ ਦਿਸ 2023 ਪਿਛਲੇ ਸਾਲ ਦੇ ਸਰਵੇ ਨੇ ਇਹ ਕਿਹਾ ਮੋਸਟ ਟੀਨ ਗਰਲਸ ਨਾਓ ਸੇ ਦੈਟ ਦੇ ਹੈਵ ਐਕਸਪੀਰੀਐਂਸਡ ਪਰਸਿਸਟੈਂਟ ਸੈਡਨੈਸ ਔਰ ਹੋਪਲੈਸਨੈਸ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਟੀਨ ਕੁੜੀਆਂ ਜਿਹੜੀਆਂ ਹੈਗੀਆਂ ਉਹ ਕਹਿੰਦੀਆਂ ਹੈਗੀਆਂ ਕਿ ਉਹਨਾਂ ਨੂੰ ਜਿਹੜਾ ਹੈਗਾ ਹੋਪਲੈਸਨੈਸ ਜਿਹੜੀ ਹੈਗੀ ਹੈ ਆਸ਼ਾ ਨਾ ਹੋਣਾ ਔਰ ਡਿਪਰੈਸ਼ਨ ਹੁੰਦਾ ਇਟ ਇਜ਼ 57% ਟੁਡੇ 57% ਜਿਹੜੀ ਹੈਗੀ ਕੁੜੀਆਂ ਇਸ ਤਰ੍ਹਾਂ ਕਹਿੰਦੀਆਂ 2011 ਇਟ ਵਾਸ 36% 2011 ਦੇ ਅੰਦਰ 36% ਹੈਗਾ ਸੀ ਐਂਡ ਦੇ ਸੇ 30% ਆਫ ਦ ਟੀਨਸ ਹੈਵ ਕੰਟੈਂਪ ਗਰਲਸ ਐਸਪੈਸ਼ਲੀ ਹੈਵ ਕੰਟੈਂਪਲੇਟਿਡ ਸੁਇਸਾਈਡ ਔਰ 30% ਕੁੜੀਆਂ ਜਿਹੜੀਆਂ ਹੈਗੀਆਂ ਖਾਸ ਤੌਰ 'ਤੇ ਉਹਨਾਂ ਨੇ ਸੋਚਿਆ ਕਿ ਖੁਦਕੁਸ਼ੀ ਕਰਨ ਬੋਇਜ਼ ਆਰ ਦੇਅਰ ਬਟ ਦੇ ਆਰ ਨੋਟ ਐਟ ਦ ਸੇਮ ਲੈਵਲ ਐਜ਼ ਗਰਲਸ ਮੁੰਡੇ ਵੀ ਇਸ ਤਰ੍ਹਾਂ ਹੀ ਹੈਗੇ ਯੁਵਾ ਲੇਕਿਨ ਓਨੇ ਸਤਰ 'ਤੇ ਨਹੀਂ ਜਿੰਨੀਆਂ ਕੁੜੀਆਂ ਹੈਗੀਆਂ ਸੋ ਦੇ ਡਿਡ ਅ ਰਿਸਰਚ ਫੋਰ ਥਾਊਜ਼ੈਂਡਸ ਆਫ ਯੰਗ ਪੀਪਲ ਅਤੇ ਉਹਨਾਂ ਨੇ ਰਿਸਰਚ ਕੀਤੀ ਬੜੇ ਹਜ਼ਾਰ ਜਿਹੜੇ ਹੈਗੇ ਯੁਵਾ ਲੋਕਾਂ ਦੇ ਨਾਲ ਦ ਰਿਸਰਚਰ ਮਿਸਟਰ ਹੇਡਿਟ ਦਿਸ ਇਜ਼ ਵਾਟ ਹੀ ਸਮਰਾਈਜ਼ਡ ਰਿਸਰਚਰ ਜਿਹੜਾ ਹੈਗਾ ਮਿਸਟਰ ਹੇਡਿਟ ਉਸ ਉਹਨੇ ਸਾਰਾਂਸ਼ ਇਸ ਤਰ੍ਹਾਂ ਕਿਹਾ ਦੇ ਕੰਕਲੂਡਿਡ ਦੇਰ ਇਜ਼ ਵਨ ਗ੍ਰੇਟ ਕੌਜ਼ ਉਹਨਾਂ ਨੇ ਕਿਹਾ ਇੱਕ ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਹੈ ਇਟ ਇਜ਼ ਓਬਵੀਅਸ ਉਹ ਸਭ ਤੋਂ ਸਾਫ਼ ਹੈਗੀ ਹੈ ਇਟ ਇਜ਼ ਇੰਟਰਨੈਸ਼ਨਲ ਇਸ ਪੂਰੇ ਦੇਸ਼ਾਂ 'ਚ ਹੈ ਐਂਡ ਇਜ਼ ਜੈਂਡਰ ਬੇਸਡ ਔਰ ਇਹ ਜਿਹੜਾ ਹੈਗਾ ਜੈਂਡਰ ਦੇ ਉੱਤੇ ਆਧਾਰਿਤ ਹੈ ਇਟਸ ਕਾਲਡ ਸੋਸ਼ਲ ਮੀਡੀਆ ਉਹਦਾ ਹੈਗਾ ਸੋਸ਼ਲ ਮੀਡੀਆ ਇੰਸਟਾਗ੍ਰਾਮ ਵਾਸ ਫਾਊਂਡਡ ਇਨ 2010 ਇੰਸਟਾਗ੍ਰਾਮ ਜਿਹੜਾ ਹੈਗਾ 2010 'ਚ ਇਜਾਦ ਕੀਤਾ ਗਿਆ ਸੀ ਐਟ ਦ ਸੇਮ ਈਅਰ ਆਈਫੋਨ 4 ਵਾਸ ਰਿਲੀਜ਼ਡ ਉਸੇ ਸਾਲ ਜਿਹੜਾ ਹੈਗਾ ਆਈਫੋਨ 4 ਜਿਹੜਾ ਹੈਗਾ ਰਿਲੀਜ਼ ਕੀਤਾ ਗਿਆ ਨਾਓ ਹਾਊ ਇਜ਼ ਇਟ ਰਿਲੇਟਡ ਇਹ ਕਿਸ ਤਰ੍ਹਾਂ ਨਾਤਾ ਇਹਨਾਂ ਦਾ ਇਟ ਵਾਸ ਦ ਫਸਟ ਸਮਾਰਟਫੋਨ ਵਿਦ ਅ ਫਰੰਟ ਫੇਸਿੰਗ ਕੈਮਰਾ ਇਹ ਜਿਹੜਾ ਹੈਗਾ ਪਹਿਲਾ ਸਮਾਰਟਫੋਨ ਹੈਗਾ ਸੀ ਜਿਹਦੇ ਅੰਦਰ ਸਾਹਮਣੇ ਵੀ ਕੈਮਰਾ ਹੈਗਾ ਸੀ ਯੂ ਨੋ ਬਾਈ 2015 ਦ ਯੂਜ਼ ਆਫ ਦਿਸ ਫੋਨ ਹੈਡ ਐਕਸਪਲੋਡਡ 2015 ਤੱਕ ਜਿਹੜਾ ਹੈਗਾ ਇਸ ਫੋਨ ਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਤਾਦਾਦ ਨਾਲ ਇਸਤੇਮਾਲ ਕੀਤਾ ਗਿਆ ਬਿਕਮਿੰਗ ਨਾਰਮਲ ਫਾਰ 12 ਈਅਰ ਗਰਲਸ ਟੂ ਸਪੈਂਡ ਆਵਰਸ ਟੇਕਿੰਗ ਸੈਲਫੀਜ਼ ਐਡੀਟਿੰਗ ਸੈਲਫੀਜ਼ ਐਂਡ ਪੋਸਟਿੰਗ ਦੈਮ ਫਾਰ ਫਰੈਂਡਸ
ਬੜੇ ਕਈ ਘੰਟੇ ਜਿਹੜਾ ਹੈਗਾ ਕੁੜੀਆਂ ਯੁਵਾ ਕੁੜੀਆਂ ਜਿਹੜੀਆਂ ਕਿ ਲਗਾਉਂਦੀਆਂ ਜੀ ਆਪਣੀ ਫੋਟੋਆਂ ਲੈਂਦੀਆਂ ਸੈਲਫੀਜ਼ ਲੈਂਦੀਆਂ ਔਰ ਉੱਪਰ ਜਿਹੜਾ ਦੋਸਤਾਂ ਨੂੰ ਭੇਜਦੀਆਂ ਇਟ ਵਾਸ ਸ਼ੋਨ ਟੂ ਐਨੀਮੀਜ਼ ਸਟ੍ਰੇਂਜਰਸ ਦੇ ਕਮੈਂਟਡ ਔਨ ਦਿਸ ਐਂਡ ਦੇ ਯੂਜ਼ ਟੂ ਸਪੈਂਡ ਆਵਰਸ ਸਕਰੋਲਿੰਗ ਥਰੂ ਫੋਟੋਜ਼ ਔਰ ਇਹ ਬੜੇ ਲੋਕਾਂ ਨੂੰ ਜਿਹੜਾ ਹੈਗਾ ਦਿਖਾਇਆ ਗਿਆ ਕਿ ਹਾਂ ਵੀ ਬੜੇ ਘੰਟੇ ਲਗਾ ਕੇ ਫੋਟੋਆਂ ਦੇਖਦੇ ਰਹਿੰਦੇ ਹੈਗੇ ਬੱਚੇ ਲੁਕਿੰਗ ਐਟ ਅਦਰ ਗਰਲਸ ਦੂਜੀਆਂ ਕੁੜੀਆਂ ਨੂੰ ਦੇਖਦੇ ਰਹਿੰਦੇ ਆ ਵੈਲਥੀ ਫੀਮੇਲ ਸੈਲੀਬ੍ਰਿਟੀਜ਼ ਔਰ ਬੜੇ ਜਿਹੜੇ ਮਸ਼ਹੂਰ ਜਿਹੜੇ ਔਰ ਅਮੀਰ ਜਿਹੜੀ ਕੁੜੀਆਂ ਹੈਗੀਆਂ ਉਹਨਾਂ ਨੂੰ ਵਿਦ ਸੀਮਿੰਗਲੀ ਯੂ ਨੋ ਵਾਸਟਲੀ ਸੁਪੀਰੀਅਰ ਬਾਡੀਜ਼ ਐਂਡ ਲਾਈਵਸ ਕਿ ਉਹਨਾਂ ਦਾ ਸਰੀਰ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਆਕਰਸ਼ਕ ਹੈਗਾ ਦ ਆਵਰਸ ਦਿਸ ਯੰਗ ਪੀਪਲ ਸਪੈਂਟ ਵੁੱਡ ਬੀ ਟੇਕਨ ਫਰੋਮ ਸਲੀਪ exercise, time with friends and family. ਇਹ ਕੁੜੀਆਂ ਜਿਹੜੀਆਂ ਹੈਗੀਆਂ ਇਹ ਸਮੇਂ ਜਿਹੜਾ ਬਿਤਾਉਂਦੀਆਂ ਪਈਆਂ ਹੈਗੀਆਂ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜੀ ਨਿੰਦਰ ਨੂੰ ਛੱਡ ਕੇ ਔਰ ਖਾਣ ਪੀਣ ਨੂੰ ਔਰ ਦੂਜੇ ਲੋਕਾਂ ਦੇ ਨਾਲ ਮਿਲਣ ਦੇ ਨੂੰ ਛੱਡ ਕੇ ਲੀਡਸ ਟੂ ਡਿਪਰੈਸ਼ਨ ਇਹਦੇ ਨਾਲ ਜਿਹੜਾ ਹੈਗਾ ਡਿਪਰੈਸ਼ਨ ਹੁੰਦਾ ਬਿਕੋਜ਼ ਯੂ ਕਾਂਟ ਕੀਪ ਅਪ ਵਿਦ ਹੂਮ ਯੂ ਆਰ ਸੀਇੰਗ ਕਿਉਂਕਿ ਤੁਸੀਂ ਜਿਹੜਾ ਹੈਗਾ ਉਸ ਛਵੀ 'ਚ ਨਹੀਂ ਬਣ ਸਕਦੇ ਜੋ ਤੁਸੀਂ ਦੇਖਦੇ ਪਏ ਹੋ ਫੋਟੋਆਂ 'ਚ ਯੂ ਆਲਵੇਜ਼ ਫੀਲ ਐਵਰੀ ਯੰਗ ਗਰਲ ਫੀਲਸ ਦੈਟ ਦੇਰ ਇਜ਼ ਸਮਥਿੰਗ ਲੈਕਿੰਗ ਇਨ ਦੈਮ ਹਰ ਯੁਵਾ ਕੁੜੀ ਜਿਹੜੀ ਇਹੀ ਸੋਚਦੀ ਹੈਗੀ ਹੈ ਕਿ ਉਹਨਾਂ ਉਹਦੇ ਅੰਦਰ ਕੋਈ ਕਮੀ ਹੈ ਸਮ ਆਰ ਮੈਂਟਲੀ ਸਟਰੋਂਗ ਕਈ ਜਿਹੜੀ ਹੈਗੀ ਮਾਨਸਿਕ ਰੂਪ ਨਾਲ ਜਿਹੜਾ ਹੈਗਾ ਸਟਰੋਂਗ ਹੈਗੇ ਮੋਸਟ ਆਰ ਨਾਟ ਜ਼ਿਆਦਾਤਰ ਨਹੀਂ ਹੈ ਦੇ ਡਵੈਲ ਔਨ ਦੀ ਸੋਰੋ ਆਫਟਰ ਸੋਰੋ ਆਫਟਰ ਸੋਰੋ ਉਹ ਇਸੇ ਦੁੱਖ ਦੇ ਅੰਦਰ ਜਿਹੜਾ ਹੈਗਾ ਸੋਚਦੀਆਂ ਰਹਿੰਦੀਆਂ ਬਾਰ ਬਾਰ ਦੀ ਇਨਐਬਿਲਿਟੀ ਟੂ ਮੈਚ ਵਟ ਦੇ ਆਰ ਸੀਇੰਗ ਉਹ ਜਿਹੜਾ ਹੈਗਾ ਜੋ ਉਹਨਾਂ ਨੇ ਦੇਖਿਆ ਹੈਗਾ ਤਸਵੀਰਾਂ ਨੂੰ ਉਹਨਾਂ ਦੇ ਪੂਰੀ ਨਹੀਂ ਉਤਰਦੀਆਂ ਲੀਡਸ ਟੂ ਡਿਪਰੈਸ਼ਨ ਉਹਦੇ ਨਾਲ ਜਿਹੜਾ ਹੈਗਾ ਬੜਾ ਦੁੱਖ ਹੁੰਦਾ ਸਮਟਾਈਮਸ ਸੁਈਸਾਈਡ ਕਈ ਵਾਰ ਜਿਹੜਾ ਹੈਗਾ ਸੁਈਸਾਈਡ ਵੀ ਬਿਕੋਜ਼ ਆਈ ਕੈਨੋਟ ਕੀਪ ਅਪ ਆਈ ਕੈਨੋਟ ਮੈਚ ਆਈ ਕੈਨੋਟ ਬੀ ਵਟ ਦੇ ਆਰ ਕਿਉਂਕਿ ਕੁੜੀਆਂ ਸੋਚਦੀਆਂ ਕਿ ਮੈਂ ਉਹ ਨਹੀਂ ਬਣ ਸਕਦੀ ਜੋ ਇਹ ਸਾਰੀਆਂ ਫੋਟੋਆਂ 'ਚ ਬੰਨੀਆਂ ਹੋਈਆਂ ਡੈਲਿੰਗ ਔਨ ਸੋਰੋ ਵਿਲ ਲੀਡ ਟੂ ਪੋਇਜ਼ਨ ਪੋਇਜ਼ਨ ਆਫ ਸੈਲਫ ਦੁੱਖਾਂ ਦੇ ਉੱਤੇ ਜਿਹੜਾ ਹੈਗਾ ਮੰਥਨ ਕਰਨ ਦੇ ਨਾਲ ਜਿਹੜਾ ਹੈਗਾ ਤੁਹਾਡਾ ਜ਼ਹਿਰੀਲਾ ਮਨ ਹੋ ਜਾਏਗਾ ਡਵੈਲਿੰਗ ਔਨ ਸੋਰੋ ਵਿਲ ਨਾਟ ਬ੍ਰਿੰਗ ਹੋਪ ਦੁੱਖਾਂ ਦੇ ਉੱਤੇ ਸੋਚਣ ਦੇ ਨਾਲ ਜਿਹੜਾ ਹੈਗਾ ਆਸ਼ਾ ਨਹੀਂ ਉਤਪੰਨ ਹੋਏਗੀ ਯੂ ਕਾਂਟ ਲੁੱਕ ਅਪ ਬਾਈ ਲੁਕਿੰਗ ਡਾਊਨ ਤੁਸੀਂ ਉੱਪਰ ਨਹੀਂ ਦੇਖ ਸਕਦੇ ਜਦੋਂ ਥੱਲੇ ਨੂੰ ਦੇਖਦੇ ਪਏ ਹੋ ਯੂ ਕਾਂਟ ਫਾਈਂਡ ਹੋਪ ਬਾਈ ਡਵੈਲਿੰਗ ਇਨ ਡਿਸਪੇਅਰ ਤੁਸੀਂ ਆਸ਼ਾ ਨਹੀਂ ਉਤਪੰਨ ਕਰ ਸਕਦੇ ਜਦੋਂ ਤੁਸੀਂ ਦੁੱਖ ਦੇ ਔਰ ਧਿਆਨ ਦਿੰਦੇ ਹੋ ਹੋਪ ਇਜ਼ ਦਾ ਆਪੋਜ਼ਿਟ ਆਫ ਡਿਸਪੇਅਰ ਆਸ਼ਾ ਜਿਹੜੀ ਹੈਗੀ ਹੈ ਦੁੱਖ ਤੋਂ ਵਿਪਰੀਤ ਹੈ ਟੂ ਫਾਈਂਡ ਹੋਪ ਵੀ ਹੈਵ ਟੂ ਕਮ ਟੂ ਅ ਟਰਨਿੰਗ ਪੁਆਇੰਟ ਆਸ਼ਾ ਦੇ ਉੱਤੇ ਪਹੁੰਚਣ ਵਾਸਤੇ ਸਾਨੂੰ ਇੱਕ ਟਰਨਿੰਗ ਪੁਆਇੰਟ ਤੇ ਜਾਣਾ ਹੈਗਾ ਦੇਰਫੋਰ ਕਮਸ ਵਰਸ 21 ਤਾਂ ਹੀ ਜਿਹੜਾ ਹੈਗਾ 21ਵਾਂ ਵਰਸ ਆਂਦਾ ਹੈ ਹੇਅਰ ਹੀ ਰਾਈਟਸ ਇੱਥੇ ਕਿਹਾ ਹੈ ਥਿਸ ਆਈ ਰਿਕਾਲ ਟੂ ਮਾਈ ਮਾਈਂਡ ਐਂਡ ਦੇਰਫੋਰ ਆਈ ਹੈਵ ਹੋਪ ਪਰੰਤੂ ਮੈਂ ਇਹ ਸਮਰਨ ਕਰਤਾ ਹੂੰ ਇਸ ਲਈ ਮੁਝੇ ਆਸ਼ਾ ਹੈ ਦੈਟ ਇਜ਼ ਹੀ ਇਜ਼ ਟਾਕਿੰਗ ਅਬਾਊਟ ਵਰਸ 23 ਉਹ 23ਵੇਂ ਵਰਸ ਦੇ ਬਾਰੇ ਗੱਲ ਕਰ ਰਿਹਾ ਸੌਰੀ ਇਟ ਵਰਸ 22 22ਵੇਂ ਵਰਸ ਦੇ ਬਾਰੇ ਗੱਲ ਕਰ ਰਿਹਾ ਸੀ ਹੀ ਡਸ ਨਾਟ ਡਿਨਾਈ ਹਿਸ ਸਫਰਿੰਗਸ ਇਹ ਨਹੀਂ ਕਹਿੰਦਾ ਕਿ ਹਾਂ ਵੀ ਸਾਡੇ ਦੁੱਖ ਨਹੀਂ ਹੈਗੇ ਹੀ ਡਸਨਟ ਟ੍ਰਾਈ ਟੂ ਮਿਨੀਮਾਈਜ਼ ਥੈਮ ਇਹ ਨਹੀਂ ਕਹਿੰਦੇ ਘੱਟ ਹੈਗੇ ਨੇ ਦੁੱਖ ਹਿਸ ਲਾਸਸ ਆਰ ਰੀਅਲ ਉਹਦੇ ਦੁੱਖ ਜਿਹੜੇ ਹੈਗੇ ਸੱਚ ਹੈ ਹੀ ਰਿਮੈਂਬਰਸ ਥੈਮ ਟੂ ਵੈਲ ਐਂਡ ਦੇ ਆਰ ਫਰੈਸ਼ ਇਨ ਹਿਸ ਮਾਈਂਡ ਉਹਨੂੰ ਬੜੇ ਅੱਛੀ ਤਰ੍ਹਾਂ ਯਾਦ ਹੈਗੇ ਔਰ ਪੂਰੇ ਦਿਮਾਗ 'ਚ ਛਾਏ ਹੋਏ ਨੇ ਬਟ ਹੀ ਸੇਸ ਆਈ ਰਿਮੈਂਬਰ ਸਮਥਿੰਗ ਐਲਸ ਵਿਚ ਵਿਲ ਗਿਵ ਮੀ ਹੋਪ ਕਹਿੰਦਾ ਕਿ ਮੈਂ ਇੱਕ ਹੋਰ ਚੀਜ਼ ਜਿਹੜੇ ਹੈਗਾ ਉਹਦਾ ਸਮਰਨ ਕਰਨਾ ਹੈਗਾ ਜਿਹਦੇ ਨਾਲ ਮੈਨੂੰ ਆਸ਼ਾ ਹੁੰਦੀ ਹੈ ਡਵੈਲਿੰਗ ਔਨ ਯੋਰ ਸੋਰੋ ਵਿਲ ਨਾਟ ਬ੍ਰਿੰਗ ਹੋਪ ਬਟ ਇਟ ਓਨਲੀ ਬ੍ਰਿੰਗਸ ਡਿਸਪੇਅਰ ਆਪਣੇ ਦੁੱਖਾਂ ਦੇ ਉੱਤੇ ਸੋਚਣ ਦੇ ਨਾਲ ਜਿਹੜਾ ਹੈਗਾ ਆਸ਼ਾ ਨਹੀਂ ਆਉਂਦੀ ਯੂ ਮਸਟ ਚੂਜ਼ ਸਮਥਿੰਗ ਐਲਸ ਤੁਹਾਨੂੰ ਕੁਝ ਹੋਰ ਚੀਜ਼ ਨੂੰ ਚੁਣਨਾ ਹੈ ਯੂ ਨੋ ਦ ਵਰਸ 21 ਇਜ਼ ਪੁਆਇੰਟਿੰਗ ਟੂ ਸਮਥਿੰਗ ਐਲਸ ਇਨ ਵਰਸ 22 21ਵਾਂ ਵਰਸ ਜਿਹੜਾ ਹੈਗਾ ਉਹ ਦਿਸ਼ਾ ਦਿਖਾਉਂਦਾ ਪਿਆ ਹੈਗਾ 22ਵੇਂ ਵਰਸ ਦੀ ਤਰਫ ਵਰਸ 22 ਸੇਜ਼ ਗੋਡਸ ਫੇਥਫੁਲਨੈਸ ਹਿਸ ਮਰਸੀਸ 22ਵੇਂ ਵਰਸ ਦੇ ਅੰਦਰ ਜਿਹੜਾ ਹੈਗਾ ਪਰਮੇਸ਼ਵਰ ਦੀ ਵਿਸ਼ਵਾਸ ਯੋਗਿਤਾ ਉਹਨਾਂ ਦੀ ਕਰੁਣਾ ਹੈਗੀ ਹੈ ਯੂ ਨੋ ਦਿਸ ਇਜ਼ ਵਾਟ ਜਰਮਾਇਆ ਇਜ਼ ਬ੍ਰਿੰਗਿੰਗ ਟੂ ਹਿਸ ਮਾਈਂਡ ਜਰਮਾਇਆ ਜਿਹੜਾ ਹੈਗਾ ਇਹੀ ਚੀਜ਼ ਜਿਹੜਾ ਹੈਗਾ ਉਹਦੇ ਬਾਰੇ ਸੋਚਦਾ ਪਿਆ ਇਟਸ ਅ ਬਿਊਟੀਫੁਲ ਡਿਸਕ੍ਰਿਪਸ਼ਨ ਆਫ ਗੋਡਸ ਫੇਥਫੁਲਨੈਸ ਪਰਮੇਸ਼ਵਰ ਦੀ ਵਿਸ਼ਵਾਸ ਯੋਗਿਤਾ ਦੀ ਬਹੁਤ ਅੱਛੀ ਜਿਹੜੀ ਹੈਗੀ ਹੈ ਵਰਣਨ ਹੈਗਾ ਇੱਥੇ ਥਾਮਸ ਡਾਰਸੀ ਵਾਸ ਐਟ ਦ ਹਾਈਐਸਟ ਪੁਆਇੰਟ ਇਨ ਹਿਸ ਲਾਈਫ ਥਾਮਸ ਡਾਰਸੀ ਜਿਹੜਾ ਹੈਗਾ ਆਪਣੇ ਜੀਵਨ ਦੇ ਸਿਖਰ ਤੇ ਉਹਦਾ ਹੈਗਾ ਸੀ ਹੀ ਵਾਸ ਅ ਬਲੈਕ ਬੈਂਡ ਲੀਡਰ ਇਨ ਦ 1930s ਦੇ ਅੰਦਰ ਜਿਹੜਾ ਹੈਗਾ ਬਲੈਕ ਬੈਂਡ ਲੀਡਰ ਹੈਗਾ ਸੀ ਹੀ ਵਾਸ ਔਨ ਟਾਪ ਆਫ ਦ ਵਰਲਡ ਆਪਣੀ ਦੁਨੀਆ ਤੋਂ ਸਭ ਤੋਂ ਉੱਪਰ ਹੈਗਾ ਸੀ ਹੀ ਵਾਸ ਹਾਇਰਡ ਐਜ਼ ਦ ਫਸਟ ਬਲੈਕ ਡਾਇਰੈਕਟਰ ਆਫ ਦ ਪਿਲਗ੍ਰਿਮ ਬੈਪਟਿਸਟ ਚਰਚ ਉਹਨੂੰ ਜਿਹੜਾ ਹੈਗਾ ਪਹਿਲਾ ਜਿਹੜਾ ਹੈਗਾ ਪਾਦਰੀ ਮੰਨਿਆ ਗਿਆ ਹੈਗਾ ਸੀ ਪਿਲਗ੍ਰਿਮ ਬੈਪਟਿਸਟ ਚਰਚ ਦਾ ਆਫ ਸ਼ਿਕਾਗੋ ਦੇ ਅੰਦਰ ਹੀ ਵਾਸ ਅਬਾਊਟ ਟੂ ਬਿਕਮ ਅ ਫਾਦਰ ਫਾਰ ਦ ਫਸਟ ਟਾਈਮ ਪਹਿਲੀ ਵਾਰ ਜਿਹੜਾ ਹੈਗਾ ਪਿਤਾ ਬਣਨ ਲੱਗਾ ਸੀ ਦੇਰ ਵਾਸ ਅ ਮਿਊਜ਼ਿਕ ਕਨਵੈਨਸ਼ਨ ਐਂਡ ਡਾਰਸੀ ਵਾਸ ਹੈਜ਼ੀਟੈਂਟ ਟੂ ਗੋ ਟੂ ਦੈਟ ਕਨਵੈਨਸ਼ਨ ਇੱਕ ਮਿਊਜ਼ਿਕ ਕਨਵੈਨਸ਼ਨ ਹੋਈ ਔਰ ਉੱਥੇ ਜਿਹੜਾ ਉਹਨੂੰ ਹੋ ਰਿਹਾ ਸੀ ਕਿ ਮੈਂ ਜਾਵਾਂ ਜਾਂ ਨਾ ਜਾਵਾਂ ਬਿਕੋਜ਼ ਹਿਸ ਵਾਈਫ ਵਾਸ ਸੋ ਕਲੋਜ਼ ਟੂ ਗਿਵਿੰਗ ਬਰਥ
क्योंकि ओदी पत्नी जड़ी की गर्भवती हैगी सी और बच्चा होने वाला सी। But the wife encouraged him to go. लेकिन पत्नी ने जड़ा प्रोत्साहित किया जा। He was in Saint Louis. वो सेंट लुईस जगह सी। And Dorsey received word like this. Dorsey ने इस तरह वचन मिलिया। That there is complications in the childbirth. के बच्चे के जन्म होने कोई दुविधा हैगी है। He raced back to Chicago. वो शिकागो वापस दौड़िया। But mother and son had died. लेकिन बच्चा और माता जड़े है वो दोनों मर गए। He was in great despair. बहुत दुख है चागा सी हो। Then he wrote this beautiful song. एक बहुत बढ़िया अच्छा गाना लिखा उन्हें। Take my hand, precious Lord. कि मेरा हाथ लो मेरे प्रिय परमेश्वर। You must have heard Jim Reeves sing this song. हो सकता है तुसी जिम रीव ने सुने आया है गाना गाते हुए। In the dark despair, he looked to the hope of who God is. ओ बड़े अंधकार दे अंदर जड़ा गया दुख दे जड़ा गया उन्हें आशा परमेश्वर दी और देखी। The last stanza reads like this. आखिरी स्टैंजा इस तरह। When the darkness appears. जब अंधकार आंदा है। When night draws near. जब रात नेड़े आंदी है। When the day is past. जब दिन निकल चुका है। And gone. चला गया। At the river I stand. जिते दरिया च मैं खड़ा। Guide my feet. मेरे पैरों नू जड़ा है गाइड करो। Hold my hand. मेरे हाथ नू पकड़ो। Take my hand, precious Lord. मेरा हाथ जड़ा है प्रिय परमेश्वर फड़ो। Lead me home. और मेनू कार लेके चलो। You see, when in despair you look to the Lord, Lord will come forth like a light, shining to take your sorrow and bear it with you. जब दुख के अंदर तुसी परमेश्वर की ओर दृष्टि करते हैगे हो नज़र करते हैगे हो तो वो परमेश्वर तुहानू जिहड़ा आशा की ओर लैके जाते हैं। Choosing God's faithfulness in time of despair, if you are in sorrow, if you are going through difficult times, choose the faithfulness of God. जे तुसी किसी दुख तो निकलते पे हैगे हो तो परमेश्वर की विश्वास योग्यता जिहड़ा है चुनो। Brings me to the third point. तीजे पॉइंट ते लाना। Choosing to remember God's faithfulness will bring hope. परमेश्वर की विश्वास योग्यता जोड़ा है चुनना जोड़ा है वो आशा आती है। यू सी वी कम टू द क्लाइमैक्स ऑफ दिस मैसेज इन वर्स 23 ग्रेट इज दाई फेथफुलनैस। 23वें वर्ष के अंदर जोड़ा है इस प्रचार का जोड़ा है असं क्लाइमैक्स से आने है कि तुहाडी विश्वास योग्यता बहुत वड्डी है। गॉड इज नॉट ओनली फेथफुल ही इज फेथफुलनैस इटसेल्फ इज ग्रेट। कि यह नहीं है परमेश्वर सिद्ध सिर्फ विश्वास योग्य है उन्होंने विश्वास योग्यता ही बहुत महान है। His faithfulness is perfect. बिल्कुल सिद्ध हैगी है उन्होंने। You know, when you think about faithfulness, what do you think? जो तुम विश्वास योग्यता के बारे सोचते हो की सोचते हो? Do you have a friend who you can rely on all the time? कि कोई तुहाडे कोल कोई दोस्त हैगा जिदे उत्ते तुसी निर्भर कर सकते हो सारे समय? There are friends, but very rare these days. अजकल दोस्त है ने, लेकिन बहुत घट है ने। बट यू ऑलवेज थिंक अबाउट ए डॉग हु इज फेथफुल। तुम हमेशा जोड़ा है कुत्ते जोड़ा है विश्वास योग्य मानते हो। इररेस्पेक्टिव ऑफ हाउ यू ट्रीट द डॉग विल ऑलवेज रिमेन फेथफुल। जिस तरह भी तुम बर्ताव करो कुत्ते दे नाल जोड़ा है तुहाडे नाल हमेशा और जोड़ा है विश्वास योग्य रहिंदा है। बट ईवन दैट फेथफुलनैस कैनॉट टच द फेथफुलनैस ऑफ गॉड। लेकिन वह भी विश्वास योग्यता जी है परमेश्वर की विश्वास योग्यता छू नहीं सकती। When you choose to remember God's faithfulness, even in the dark despair, the despair will lift because of faithfulness of God. जो दुख के दौरान जोड़ा है परमेश्वर की विश्वास योग्यता के उत्ते मंथन करते हैं तो वो दुख जोड़ा है उठ जाता है। Because God has been faithful in the past, He will be faithful now because He is a never-changing God. क्योंकि परमेश्वर जोड़ा है विश्वास से योग्य ठहरे है भूतकाल के अंदर तो हमने भी ठहरन गए। वर्सेस 22-27 यू नो टॉक्स अबाउट टू एस्पेक्ट्स अबाउट गॉड्स ग्रेट फेथफुलनेस। 22-27 वर्ष जोड़े है वो अंदर परमेश्वर के विश्वास योग्यता के बारे दो चीज़ा कही गई। गॉड इज फेथफुल इन इज ग्रेट लव टू यू। परमेश्वर जोड़ा है विश्वास योग्य ने अपने अपार प्रेम थोड़े वास्ते दे अंदर। God is faithful in His goodness to you. और अपनी अच्छाई दे अंदर भी जिहड़ा हैगा वो विश्वास योग्य हैगा। Not long after John Patton went to the Hebrides, to the cannibalistic land, that his wife came to know that she is pregnant. थोड़ी देर बाद जॉन पैटन जो आदमखोर लोगों के आदिवासियों के कोल गए तो उन्होंने पता चलिया कि उसकी पत्नी जी है गर्भवती है। There with a tent on the beach. उन्होंने जोड़ा है बीच के उत्ते टेंट लगाया हुआ सी। अ चाइल्ड वॉज बॉर्न। बेटा एक पैदा होया। बट द जॉय वॉज शॉर्ट लिव्ड। लेकिन हर्ष जोड़ा है बहुत थोड़ी देर रहा। डेथ टुक द वाइफ एंड द चाइल्ड।
ਉਹ ਮੌਤ ਦੇ ਨਾਲ ਜਿਹੜਾ ਹੈਗਾ ਪਤਨੀ ਔਰ ਬੱਚਾ ਦੋਨੋਂ ਮਰ ਗਏ ਐਂਡ ਜੌਨ ਪੈਟਨ ਹੈਡ ਟੂ ਡਿਗ ਦ ਗ੍ਰੇਵਸ ਅੰਡਰ ਦ ਟੈਂਟ ਐਂਡ ਸਿਟ ਔਨ ਇਟ ਹੀ ਵਾਜ਼ ਅਫਰੇਡ ਵੇਅਰ ਦ ਕੈਨੀਬਲਸ ਵਿਲ ਕਮ ਐਂਡ ਈਟ ਦੈਮ ਕਿ ਜੌਨ ਪੈਟਨ ਜਿਹੜਾ ਹੈਗਾ ਉਹਨਾਂ ਦੀ ਕਬਰਾਂ ਜਿਹੜੀ ਹੈਗੀਆਂ ਟੈਂਟ ਦੇ ਥੱਲੇ ਹੀ ਜਿਹੜਾ ਹੈਗਾ ਬਣਾਉਣੀ ਪਈ ਔਰ ਉਹਦੇ ਉੱਤੇ ਰਹਿੰਦਾ ਹੈਗਾ ਸੀ ਕਿਉਂਕਿ ਉਹਨੂੰ ਇਹ ਨਹੀਂ ਪਤਾ ਸੀ ਕਿ ਆਦਮਖੋਰ ਲੋਕ ਜਿਹੜਾ ਹੈਗਾ ਆ ਕੇ ਸਰੀਰ ਨੂੰ ਨਾ ਖਾ ਜਾਣ ਇਨ ਟਾਈਮ ਆਫ ਡੀਪ ਸੋਰੋ ਆਪਣੇ ਬਹੁਤ ਦੁੱਖ ਦੇ ਅੰਦਰ ਹੀ ਟੈਸਟੀਫਾਈਜ਼ ਦਿਸ ਉਹਨੇ ਇਹ ਜਿਹੜਾ ਹੈਗਾ ਕਿਹਾ If it had not been for Lord Jesus and the fellowship of grace he afforded me, je prabhu yesu na hunde aur ohna di sabhagyata nahi hundi, I would have gone mad and died between next to them. main pagla janda aur ohna de naal hi jehda hai mar vi janda. in all the darkness I remembered the goodness of God. sare andhkar de andar jehda hai parmeshwar di achhai nu main yaad kita. he was able to sustain his servant's heart. ਉਹ ਜਿਹੜਾ ਹੈਗਾ ਆਪਣੇ ਦੁੱਖ ਵਾਲੇ ਦਿਲ ਦੇ ਨਾਲ ਵੀ ਜਿਹੜਾ ਹੈਗਾ ਬਚ ਪਾਇਆ ਇਸੇ ਚੀਜ਼ ਦੇ ਕਾਰਨ ਮੈਨੀ ਇਅਰਸ ਆਫਟਰ ਹੀ ਲੈਫਟ ਦ ਆਈਲੈਂਡ ਉਸ ਟਾਪੂ ਨੂੰ ਛੱਡਣ ਦੇ ਬੜੇ ਸਾਲਾਂ ਦੇ ਬਾਅਦ ਦੇਅਰ ਵਾਸ ਨੋ ਅਨਬੀਲੀਵਰ ਲੈਫਟ ਉੱਥੇ ਕੋਈ ਵੀ ਅਵਿਸ਼ਵਾਸੀ ਨਹੀਂ ਰਹਿ ਗਿਆ ਸੀ ਗੋਡ ਇਜ਼ ਆਲਵੇਜ਼ ਫੇਥਫੁਲ ਪਰਮੇਸ਼ਵਰ ਹਮੇਸ਼ਾ ਵਿਸ਼ਵਾਸ ਯੋਗ ਹੈਗੇ ਸੋ ਗੋਡ ਇਜ਼ ਫੇਥਫੁਲ ਇਨ ਹਿਸ ਗ੍ਰੇਟ ਲਵ ਫਾਰ ਯੂ ਪਰਮੇਸ਼ਵਰ ਜਿਹੜਾ ਹੈਗਾ ਵਿਸ਼ਵਾਸ ਯੋਗ ਹੈਗੇ ਨੇ ਆਪਣੇ ਅਪਾਰ ਪ੍ਰੇਮ ਦੇ ਅੰਦਰ ਗੋਡਸ ਕੰਪੈਸ਼ਨਸ ਡੋਨਟ ਫੇਲ ਪਰਮੇਸ਼ਵਰ ਦੀ ਕਰੁਣਾ ਜਿਹਦੀ ਹੈ ਉਹ ਨਾਕਾਮ ਨਹੀਂ ਹੁੰਦੀ ਕਦੇ ਲੁੱਕ ਐਟ ਵਰਸ 22 22ਵੇਂ ਵਰਸ ਨੂੰ ਦੇਖਿਆ ਇਟ ਇਜ਼ ਆਫ ਦ ਲਾਰਡਸ ਮਰਸੀਜ਼ ਦੈਟ ਵੀ ਆਰ ਨਾਟ ਕੰਸਿਊਮਡ ਬਿਕੋਜ਼ ਹਿਸ ਕੰਪੈਸ਼ਨਸ ਫੇਲ ਨਾਟ ਹਮ ਮਿਟ ਨਹੀਂ ਗਏ ਯਾ ਯਹੋਵਾ ਕੀ ਮਹਾਕਰੁਣਾ ਕਾ ਫਲ ਹੈ ਕਿਉਂਕਿ ਉਸਕੀ ਦਇਆ ਅਮਰ ਹੈ ਵੈਨਵਰ ਦ ਵਰਡ ਮਰਸੀ ਇਜ਼ ਯੂਜ਼ਡ ਟੂ ਗੋਡ ਟੂ ਟਾਕ ਅਬਾਊਟ ਗੋਡ ਇਟ ਟਾਕਸ ਇਟ ਇਨ ਪਲੂਰਲ ਜਦੋਂ ਵੀ ਪਰਮੇਸ਼ਵਰ ਦੀ ਦਇਆ ਦੇ ਬਾਰੇ 'ਚ ਗੱਲ ਕੀਤੀ ਗਈ ਹੈਗੀ ਹੈ ਤੇ ਉਹ ਪ੍ਰਿਆਇਵਾਚੀ ਵਿੱਚ ਕੀਤੀ ਗਈ ਹੈ ਦਿਸ ਇਜ਼ ਸੋ ਮੈਨੀ ਮਰਸੀਜ਼ ਦੈਟ ਗੋਡ ਫਿਲਸ ਅਸ ਵਿਦ ਕਿ ਇੰਨੀਆਂ ਢੇਰ ਸਾਰੀਆਂ ਦਿਆਵਾਂ ਸਾਡੇ ਉੱਤੇ ਕਰਦੇ ਹੈਗੇ ਪਰਮੇਸ਼ਵਰ ਲਵ ਦ ਵਰਡ ਲਵ ਐਂਡ ਡਿਸਕ੍ਰਾਈਬਿੰਗ ਵਿਦ ਗੋਡ ਇਜ਼ ਆਲਸੋ ਪਲੂਰਲ ਇਨ ਹੀਬਰੂ ਕਿ ਜਿਹੜਾ ਪ੍ਰੇਮ ਜਿਹੜਾ ਹੈਗਾ ਪਰਮੇਸ਼ਵਰ ਜਿਹੜਾ ਕਰਦੇ ਹੈਗੇ ਉਹ ਵੀ ਪ੍ਰਿਆਇਵਾਚੀ ਇਸਤੇਮਾਲ ਕੀਤਾ ਗਿਆ ਐਂਡ ਵੈਨ ਵੀ ਸਿੰਗ ਆਫ ਗੋਡਸ ਮਰਸੀ ਇਟ ਕੈਨ ਨਾਟ ਬੀ ਸਿੰਗੂਲਰ ਇਟ ਹੈਜ਼ ਟੂ ਬੀ ਮਰਸੀਜ਼ ਜਦੋਂ ਅਸੀਂ ਪਰਮੇਸ਼ਵਰ ਦੀ ਦਇਆ ਦੇ ਬਾਰੇ 'ਚ ਗੱਲ ਕਰਦੇ ਹੈਗੇ ਹਾਂ ਤਾਂ ਉਹ ਵੀ ਜਿਹੜਾ ਹੈਗਾ ਪ੍ਰਿਆਇਵਾਚੀ ਇਸਤੇਮਾਲ ਕੀਤਾ ਗਿਆ ਟੇਕ ਸਾਮ 89:1 ਅਸੀਂ ਦੇਖਨੇ ਹੈਗੇ ਹਾਂ ਭਜਨ ਸੰਹਿਤਾ ਆਈ ਵਿਲ ਸਿੰਗ ਆਫ ਦ ਮਰਸੀਜ਼ ਆਫ ਦ ਲਾਰਡ ਫੋਰ ਐਵਰ ਮੈਂ ਯਹੋਵਾ ਕੀ ਸਾਰੀ ਕਰੁਣਾ ਕੇ ਵਿਸ਼ੇ ਸਦਾ ਗਾਤਾ ਰਹੂੰਗਾ ਵਿਦ ਮਾਈ ਮਾਊਥ ਵਿਲ ਆਈ ਮੇਕ ਨੋਨ ਥਾਈ ਫੇਥਫੁਲਨੈਸ ਟੂ ਆਲ ਜਨਰੇਸ਼ਨਸ ਮੈਂ ਤੇਰੀ ਸੱਚਾਈ ਪੀੜੀ ਪੀੜੀ ਤੱਕ ਜਤਾਤਾ ਰਹੂੰਗਾ ਯੂ ਨੋ ਦੀਸ ਡੇਜ਼ ਗੋਡ ਹੈਜ਼ ਲੋਸਟ ਦ ਰੈਵਰੈਂਸ ਇਨ ਪੀਪਲਸ ਮਾਈਂਡ ਅੱਜ ਕੱਲ੍ਹ ਜਿਹੜਾ ਹੈਗਾ ਲੋਕਾਂ ਦੇ ਦਿਲਾਂ ਦੇ ਅੰਦਰ ਪਰਮੇਸ਼ਵਰ ਦਾ ਆਦਰ ਜਿਹੜਾ ਹੈ ਖਤਮ ਹੋ ਗਿਆ ਬਿਕੋਜ਼ ਵੀ ਫੇਲ ਟੂ ਡੂ ਦਿਸ ਕਿਉਂਕਿ ਅਸੀਂ ਨਾਕਾਮ ਹੋ ਜਾਂਦੇ ਹਾਂ ਇਹ ਕਰਨ ਨੂੰ ਵੀ ਡੋਨਟ ਟਾਕ ਟੂ ਈਚ ਅਦਰ ਅਬਾਊਟ ਦ ਮਰਸੀਜ਼ ਆਫ ਦ ਲਾਰਡ ਅਸੀਂ ਜਿਹੜਾ ਹੈਗਾ ਪਰਮੇਸ਼ਵਰ ਦੀ ਦਇਆ ਦਾ ਜਿਹੜੇ ਬਾਰੇ 'ਚ ਇੱਕ ਦੂਜੇ ਦੇ ਨਾਲ ਗੱਲ ਨਹੀਂ ਕਰਦੇ ਵੀ ਡੋਨਟ ਟਾਕ ਅਬਾਊਟ ਦ ਫੇਥਫੁਲਨੈਸ ਟੂ ਆਵਰ ਜਨਰੇਸ਼ਨ ਔਰ ਆਪਣੀ ਪੀੜ੍ਹੀਆਂ ਦੇ ਅੰਦਰ ਜਿਹੜਾ ਹੈਗਾ ਪਰਮੇਸ਼ਵਰ ਦੀ ਵਿਸ਼ਵਾਸ ਯੋਗਿਤਾ ਦੇ ਬਾਰੇ 'ਚ ਅਸੀਂ ਗੱਲ ਨਹੀਂ ਕਰਦੇ ਲਾਈਕ ਦੀ ਇਜਿਪਸ਼ੀਅਨ ਫੈਰੋਜ਼ ਦ ਜਨਰੇਸ਼ਨ ਗਰੂ ਅਪ ਹੂ ਡਿਡ ਨਾਟ ਨੋ ਇਜ਼ਰਾਇਲ ਦ ਜਨਰੇਸ਼ਨਸ ਆਰ ਗਰੋਇੰਗ ਅਪ ਵਿਦਆਊਟ ਨੋਇੰਗ ਦ ਰੈਵਰੈਂਸ ਆਫ ਹੂ ਗੋਡ ਇਜ਼ ਜਿਸ ਤਰ੍ਹਾਂ ਮਿਸਰ ਦਾ ਰਾਜਾ ਫੈਰੋ ਜਿਹੜਾ ਹੈਗਾ ਸੀ ਉਹਨੂੰ ਨਹੀਂ ਪਤਾ ਹੈਗਾ ਸੀ ਕਿ ਇਜ਼ਰਾਈਲੀ ਲੋਕ ਕੌਣ ਹੈਗੇ ਸੀ ਉਸੇ ਤਰ੍ਹਾਂ ਸਾਡੀ ਵੀ ਜਿਹੜੀ ਹੈਗੀਆਂ ਪੀੜ੍ਹੀਆਂ ਨੂੰ ਨਹੀਂ ਪਤਾ ਸੀ ਦਿਸ 22nd ਵਰਸ ਸਪੈਸ਼ਲੀ ਬਿਕੋਜ਼ ਆਫ ਹਿਸ ਮਰਸੀਜ਼ ਵੀ ਆਰ ਨਾਟ ਕੰਜ਼ਿਊਮਡ ਇਹ 22ਵੇਂ ਵਰਸ ਦੇ ਲਿਖਿਆ ਹੈ ਯਾ ਯਹੋਵਾ ਕਿ ਮਹਾਕਰੁਣਾ ਕਾ ਫਲ ਹੈ ਕਿਉਂਕਿ ਉਸਕੀ ਦਇਆ ਅਮਰ ਹੈ ਵੀ ਫੀਲ ਦੈਟ ਵੀ ਹੈਵ ਫਿਨਿਸ਼ਡ ਐਂਡ ਯੂ ਨੋ ਕੰਜ਼ਿਊਮਡ ਮੀਨਸ ਫਿਨਿਸ਼ਡ ਟੂ ਦੀ ਐਂਡ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਅਸੀਂ ਸਾਡਾ ਨਸ਼ਟ ਹੋ ਗਏ ਹਾਂ ਮੈਨੀ ਆਫ ਅਸ ਹੈਵ ਫੈਲਟ ਦੈਟ ਵੀ ਆਰ ਐਟ ਦੀ ਐਂਡ ਆਫ ਦ ਰੋਪ ਕਈ ਅਸੀਂ ਵਾਰੀ ਇਸ ਤਰ੍ਹਾਂ ਮਹਿਸੂਸ ਕਰਨੇ ਹੈਗੇ ਹਾਂ ਕਿ ਅਸੀਂ ਜਿਹੜਾ ਹੈਗਾ ਜੀਵਨ ਦੇ ਅੰਤ 'ਚ ਪਹੁੰਚ ਗਏ ਵੀ ਹੈਵ ਨਥਿੰਗ ਲੈਫਟ ਟੂ ਗਿਵ ਸਾਨੂੰ ਕੁਝ ਦੇਣ ਵਾਸਤੇ ਕੁਝ ਵੀ ਨਹੀਂ ਹੈਗਾ ਬਿਕੋਜ਼ ਆਫ ਗੋਡਸ ਗ੍ਰੇਟ ਲਵ ਵੀ ਆਰ ਨਾਟ ਕੰਜ਼ਿਊਮਡ ਪਰਮੇਸ਼ਵਰ ਦੇ ਵੱਡੇ ਪਿਆਰ ਦੇ ਕਾਰਨ ਜਿਹੜਾ ਹੈਗਾ ਅਸੀਂ ਨਸ਼ਟ ਨਹੀਂ ਹੁੰਦੇ ਯੂ ਆਰ ਨਾਟ ਫਿਨਿਸ਼ਡ ਤੁਸੀਂ ਨਸ਼ਟ ਨਹੀਂ ਹੋਏ ਯੂ ਆਰ ਨਾਟ ਐਟ ਦੀ ਐਂਡ ਆਫ ਦ ਰੋਪ ਤੁਸੀਂ ਜਿਹੜਾ ਹੈਗਾ ਆਪਣੇ ਜੀਵਨ ਦੇ ਅੰਤ 'ਚ ਨਹੀਂ ਹੈਗੇ ਹੋ ਹਿਸ ਕੰਪੈਸ਼ਨਸ ਨੈਵਰ ਫੇਲ ਉਹਨਾਂ ਦੀ ਕਰੁਣਾ ਜਿਹੜੀ ਹੈਗੀ ਕਦੀ ਨਾਕਾਮ ਨਹੀਂ ਹੁੰਦੀ ਯੂ ਨੋ ਦ ਵਰਡ ਕੰਪੈਸ਼ਨ ਇਜ਼ ਅ ਬਿਊਟੀਫੁਲ ਵਰਡ ਇਨ ਹੀਬਰੂ ਇਹ ਕਰੁਣਾ ਲਫ਼ਜ਼ ਜਿਹੜਾ ਹੈਗਾ ਬਹੁਤ ਅਦਭੁਤ ਲਫ਼ਜ਼ ਹੈਗਾ ਇਬਰਾਨੀ ਭਾਸ਼ਾ ਦੇ ਇਟਸ ਆਲਸੋ ਫਾਰ ਦ ਵਰਡ ਫਾਰ ਦ ਵੂਮਬ ਇਨ ਅ ਵੂਮਨ ਇਹ ਇੱਕ ਔਰਤ ਦੀ ਕੋਖ ਜਿਹੜੀ ਹੈਗੀ ਹੈ ਉਹ ਵੀ ਇਹੀ ਲਫ਼ਜ਼ ਇਸਤੇਮਾਲ ਕੀਤਾ ਗਿਆ ਸਪੀਕਸ ਆਫ ਗੋਡਸ ਲਵ ਵਿਦ ਦ ਸੇਮ ਟੈਂਡਰ ਕੰਪੈਸ਼ਨ ਅ ਵੂਮਨ ਐਸ ਫਾਰ ਅ ਵੂਮਬ ਉਸੇ ਤਰ੍ਹਾਂ ਬਖਾਨ ਕੀਤਾ ਗਿਆ ਹੈ ਕਿ ਪਰਮੇਸ਼ਵਰ ਦੀ ਕਰੁਣਾ ਸਾਡੇ ਵਾਸਤੇ ਇਸ ਤਰ੍ਹਾਂ ਹੈਗੀ ਹੈ ਜਿਸ ਤਰ੍ਹਾਂ ਇੱਕ ਮਾਤਾ ਦੀ ਆਪਣੇ ਕੋਖ ਦੇ ਅੰਦਰ ਬੱਚੇ ਜਿਹੜਾ ਜਨਮ ਲੈ ਰਿਹਾ ਉਹਦੇ ਵਾਸਤੇ ਹੁੰਦੀ ਫੋਰ ਦ ਚਾਈਲਡ ਇਨ ਦ ਵੂਮਬ ਜਿਹੜਾ ਬੱਚਾ ਜਿਹੜਾ ਹੈਗਾ ਕੋਖ ਦੇ ਅੰਦਰ ਦਿਸ ਇਜ਼ ਦ ਗ੍ਰੇਟ ਬਿਊਟੀ ਆਫ ਗੋਡਸ ਕੰਪੈਸ਼ਨ
ਇਹ ਬਹੁਤ ਅੱਛੀ ਖੂਬਸੂਰਤ ਚੀਜ਼ ਹੈਗੀ ਹੈ ਪਰਮੇਸ਼ਵਰ ਦੀ ਕਰੁਣਾ ਦੇ ਬਾਰੇ ਹੀ ਇਜ਼ ਐਲ ਸ਼ਦਾਈ ਆਲਮਾਈਟੀ ਗੋਡ ਉਹ ਸਾਡੇ ਐਲ ਸ਼ਦਾਈ ਪਰਮ ਪਿਤਾ ਪਰਮੇਸ਼ਵਰ ਹੀ ਇਜ਼ ਹੋਲੀ 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 ਗੋਡ ਉਹ ਪਵਿੱਤਰ 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 ਪਰਮੇਸ਼ਵਰ ਐਬਸੋਲਿਊਟ ਜਸਟਿਸ ਉਹ ਬਿਲਕੁਲ ਐਬਸੋਲਿਊਟ ਜਸਟਿਸ ਹੈਗਾ ਉਹਨਾਂ ਬਟ ਐਟ ਦ ਸੇਮ ਟਾਈਮ ਟੈਂਡਰ ਐਂਡ ਕੰਪੈਸ਼ਨੇਟ ਲਾਈਕ ਅ ਮਦਰ ਹੂ ਇਜ਼ ਕੰਪੈਸ਼ਨੇਟ ਟੂਵਰਡਸ ਦ ਚਾਈਲਡ ਇਨ ਦ ਵੂਮਬ ਉਹ ਉਸੇ ਤਰ੍ਹਾਂ ਕਰੁਣਾਮਈ ਵੀ ਹੈਗੇ ਨੇ ਜਿਸ ਤਰ੍ਹਾਂ ਇੱਕ ਮਾਤਾ ਹੁੰਦੀ ਹੈਗੀ ਹੈ ਆਪਣੇ ਕੋਖ ਦੇ ਬੱਚੇ 'ਤੇ ਹਿਸ ਕੰਪੈਸ਼ਨਸ ਨੈਵਰ ਫੇਲ ਉਹਨਾਂ ਦੀ ਕਰੁਣਾ ਜਿਹੜੀ ਹੈਗੀ ਕਦੀ ਨਾਕਾਮ ਨਹੀਂ ਹੁੰਦੀ ਇਟ ਵਿਲ ਨੈਵਰ ਕਮ ਟੂ ਐਨ ਐਂਡ ਕਦੀ ਉਹਨਾਂ ਦਾ ਅੰਤ ਨਹੀਂ ਹੋਏਗਾ ਯੂ ਨੋ ਟੇਕਨ ਟੂਗੈਦਰ ਦੀ ਕੰਜ਼ਿਊਮਡ ਐਂਡ ਦ ਕੰਪੈਸ਼ਨ ਇਟ ਸੇਜ਼ ਲਾਈਕ ਦਿਸ ਦੋਨਾਂ ਚੀਜ਼ਾਂ ਨੂੰ ਜੇ ਇਕੱਠਾ ਕੀਤਾ ਜਾਏ ਨਸ਼ਟ ਕਰਨਾ ਔਰ ਕਰੁਣਾ ਇਸ ਤਰ੍ਹਾਂ ਕਿਹਾ ਗਿਆ You may feel that you are at the end sometimes. ਤੁਹਾਨੂੰ ਹੋ ਸਕਦਾ ਮਹਿਸੂਸ ਹੋਏ ਕਿ ਤੁਸੀਂ ਜੀਵਨ ਦੇ ਅੰਤ 'ਚ ਹੈਗੇ ਹੋ You may feel there is no hope in some situation in your life. ਹੋ ਸਕਦਾ ਤੁਹਾਨੂੰ ਇਸ ਤਰ੍ਹਾਂ ਲੱਗੇ ਕਿ ਤੁਹਾਡੇ ਅੰਦਰ ਕੋਈ ਵੀ ਆਸ਼ਾ ਨਹੀਂ ਰਹਿ ਗਈ But you can never say I am done, I quit. ਤੁਸੀਂ ਕਦੀ ਵੀ ਨਹੀਂ ਕਹਿ ਸਕਦੇ ਕਿ ਮੈਂ ਖਤਮ ਹੋਇਆ ਮੈਂ ਛੱਡ ਦਿੰਦਾ ਹਾਂ Because God is never done and he will never quit. ਕਿਉਂਕਿ ਪਰਮੇਸ਼ਰ ਕਦੀ ਵੀ ਅੰਤ ਨਹੀਂ ਕੀਤਾ ਹੋਇਆ ਔਰ ਕਦੀ ਵੀ ਨਹੀਂ ਛੱਡਣਗੇ He is always there for you. ਉਹ ਹਮੇਸ਼ਾ ਹੈਗੇ ਤੁਹਾਡੇ ਵਾਸਤੇ His compassions never fail. ਉਹਨਾਂ ਦੀ ਕਰੁਣਾ ਜਿਹੜੀ ਹੈ ਕਦੀ ਨਾਕਾਮ ਨਹੀਂ ਹੁੰਦੀ And not only that The Bible says in verse 23 they are renewed every morning. Aur ehi nahi banaspat ke Bible ch likhi hai ke dobara navi ho jandi hegi hai. They are new every morning. Great is thy faithfulness. ਕਿ ਤੁਹਾਡੀ ਜਿਹੜੀ ਹੈਗੀ ਹੈ ਵਿਸ਼ਵਾਸ ਯੋਗਤਾ ਜਿਹੜੀ ਹੈਗੀ ਹੈ ਬਹੁਤ ਵੱਡੀ ਹੈਗੀ ਹੈ ਔਰ ਹਰ ਰੋਜ਼ ਨਵੀਆਂ ਦਇਆ ਸ਼ੁਰੂ ਹੁੰਦੀਆਂ ਦੇ ਆਰ ਫਰੈਸ਼ ਐਂਡ ਨਿਊ ਐਵਰੀ ਮਾਰਨਿੰਗ ਔਰ ਹਰ ਰੋਜ਼ ਨਵੀਆਂ ਜਿਹੜੀਆਂ ਹੈਗੀਆਂ ਨਵੇਂ ਸਿਰੇ ਤੋਂ ਦਿੱਤੀ ਗਈਆਂ ਗੋਡ ਨੈਵਰ ਸਰਵਸ ਯੂ ਲੈਫਟ ਓਵਰਸ ਪਰਮੇਸ਼ਵਰ ਤੁਹਾਨੂੰ ਜਿਹੜਾ ਹੈਗਾ ਝੂਠਨ ਚੀਜ਼ਾਂ ਜਿਹੜੀਆਂ ਹੈਗੀਆਂ ਨਹੀਂ ਕਦੀ ਦਿੰਦੇ ਹਿਸ ਕੰਪੈਸ਼ਨਸ ਨੈਵਰ ਗਰੋ ਓਲਡ ਔਰ ਸਟੇਲ ਉਹਨਾਂ ਦਾ ਕਰੁਣਾ ਜਿਹੜਾ ਹੈਗਾ ਕਦੀ ਵੀ ਜਿਹੜਾ ਹੈਗਾ ਬਾਸਾ ਨਹੀਂ ਹੁੰਦਾ ਹੀ ਹੈਸ ਫਰੈਸ਼ ਟੈਂਡਰ ਕੰਪੈਸ਼ਨ ਨਿਊ ਐਵਰੀ ਡੇ ਉਹਨਾਂ ਦੀ ਜਿਹੜੀ ਕਰੁਣਾ ਜਿਹੜੀ ਹੈਗੀ ਹੈ ਹਰ ਰੋਜ਼ ਨਵੇਂ ਸਿਰੇ 'ਚ ਨਵੀਂ ਮਿਲਦੀ ਹੈਗੀ ਐਵਰੀ ਡੇ ਯੂ ਵੇਕ ਅਪ ਯੂ ਸੀ ਡੇ ਲਾਈਟ ਔਰ ਸਨਸ਼ਾਈਨ ਯੂ ਨੋ ਦੈਟ ਹਿਸ ਕੰਪੈਸ਼ਨ ਇਜ਼ ਰੀਨਿਊਡ ਫੋਰ ਟੂਡੇ ਹਰ ਰੋਜ਼ ਸੂਰੇ ਉੱਠ ਕੇ ਜਿਹੜਾ ਤੁਹਾਨੂੰ ਜਿਹੜਾ ਹੈਗਾ ਸੂਰਜ ਦਾ ਕਿਰਨਾਂ ਨਜ਼ਰ ਆਉਂਦੀਆਂ ਹੈਗੀਆਂ ਤਾਂ ਤੁਹਾਨੂੰ ਪਤਾ ਹੈਗਾ ਕਿ ਕਰੁਣਾ ਵੀ ਉਹਨਾਂ ਦੀ ਜਿਹੜੀ ਹੈਗੀ ਨਵੀਂ ਹੋ ਗਈ ਹੈ ਯੂ ਨੋ ਵੀ ਹੈਵ ਫੋਰ ਸੀਜ਼ਨਸ ਤੁਹਾਨੂੰ ਪਤਾ ਹੈ ਕਿ ਸਾਡੇ ਚਾਰ ਸੀਜ਼ਨ ਹੈਗੇ ਐਵਰੀ ਸੀਜ਼ਨ ਇਜ਼ ਡਿਫਰੈਂਟ ਹਰ ਸੀਜ਼ਨ ਵੱਖਰਾ ਹੈਗਾ ਬਟ ਦੇਰ ਇਜ਼ ਵਨ ਥਿੰਗ ਕਾਮਨ ਇਨ ਫੋਰ ਸੀਜ਼ਨਸ ਇੱਕ ਚੀਜ਼ ਕਾਮਨ ਹੈਗੀ ਹੈ ਚਾਰੋਂ ਸੀਜ਼ਨ ਦੇ ਅੰਦਰ ਹੂ ਕੈਨ ਟੈਲ ਮੀ Sunshine. Every season has sunshine. Suraj ki roshni jadi hai. You may have snow. Ho sakta hai barf hoye. You may have spring. Ho sakta hai spring hove. Summer, of course, sun. Garmi. Autumn. But every day, every season has the sun. Har ek season de andar jehda hai suraj hunda. Whatever season you are going through. Kise bhi season de to tusi jande paye hage ho. Season of sorrow. Season of joy, season of trouble, season of lack, the sun will always shine. His compassions will never fail. Hallelujah. ਭਾਵੇਂ ਦੁੱਖ ਹੋਏ ਭਾਵੇਂ ਕੋਈ ਕਮੀ ਹੋਏ ਘਟੀ ਹੋਏ ਕਿਸੇ ਵੀ ਤਰ੍ਹਾਂ ਤੁਹਾਡੇ ਜੀਵਨ ਦੇ ਅੰਦਰ ਚੀਜ਼ ਚੱਲਦੀ ਪਈ ਹੈ ਸੂਰਜ ਜਿਹੜਾ ਹੈਗਾ ਹਮੇਸ਼ਾ ਰਹਿੰਦਾ ਜਾਂ ਆਈ ਥੋਟ ਦੇਰ ਵਿਲ ਬੀ ਸਮ ਮੋਰ ਲਿਟਲ ਮੋਰ ਐਨਥੂਸੀਆਜ਼ਮ ਬਟ ਨੋਬਡੀ ਇਜ਼ ਐਨਥੂਸੀਆਸਟਿਕ ਅਬਾਊਟ ਇਟ ਲੁਕਸ ਲਾਈਕ ਦੇ ਆਰ ਨਿਊ ਐਵਰੀ ਮਾਰਨਿੰਗ ਉਹ ਨਵੀਆਂ ਹੈਗੀਆਂ ਹਰ ਰੋਜ਼ ਕਮ ਔਨ ਡੋਂਟ ਬੀ ਸੀਰੀਅਸ ਦਿਸ ਇਜ਼ ਸਮਥਿੰਗ ਜੋਇਫੁਲ ਥਿੰਕ ਅਬਾਊਟ ਦ beauty of God if you are not able to grasp it ask the Lord Holy Spirit Lord I want to grasp this truth open this truth to me grasp this truth because this will change your life eh jehda hai ga je sachai edi samajh nahi aandi payi hegi te parmeshwar nu jehda hai ga prarthna karo ke edi sachai mainu jehda hai ga prakashit karan when this light comes in your heart you will say this in what Jeremiah said verse 24 ਜਦੋਂ ਇਹ ਰੋਸ਼ਨੀ ਤੁਹਾਡੇ ਦਿਲ ਦੇ ਅੰਦਰ ਆਏਗੀ ਤਾਂ ਯਰਮਾਇਆ ਨੇ ਜਿਹੜੇ 24 ਵਰਸ ਵਿੱਚ ਕਿਹਾ ਉਹੀ ਹੋਏਗਾ ਦ ਲਾਰਡ ਇਜ਼ ਮਾਈ ਪੋਰਸ਼ਨ ਸੇਥ ਮਾਈ ਸੋਲ ਦੇਅਰਫੋਰ ਵਿਲ ਆਈ ਹੋਪ ਇਨ ਹਿਮ ਮੇਰੇ ਮਨ ਨੇ ਕਿਹਾ ਯਹੋਵਾ ਮੇਰਾ ਭਾਗ ਹੈ ਇਸ ਕਾਰਨ ਮੈਂ ਉਸ ਮੇ ਆਸ਼ਾ ਰੱਖੂੰਗਾ ਵਾਟ ਇਜ਼ ਯੋਰ ਪੋਰਸ਼ਨ ਤੁਹਾਡਾ ਕਿਹੜਾ ਭਾਗ ਹੈਗਾ ਵਾਟ ਆਰ ਯੂ ਵੇਟਿੰਗ ਫੋਰ ਤੁਸੀਂ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹੋ ਵਾਟ ਆਰ ਯੂ ਵੇਟਿੰਗ ਫੋਰ ਦਿਸ ਮਾਰਨਿੰਗ ਇਹ ਅੱਜ ਸਵੇਰੇ ਜਿਹੜਾ ਹੈਗਾ ਤੁਸੀਂ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹੋ ਆਰ ਯੂ ਵੇਟਿੰਗ ਫੋਰ ਅ ਲੋਟਰੀ ਤੁਸੀਂ ਲੋਟਰੀ ਵਿਨ ਅ ਲੋਟਰੀ ਲੋਟਰੀ ਜਿੱਤਣ ਦਾ ਆਰ ਯੂ ਵੇਟਿੰਗ ਫੋਰ ਐਨ ਇਨਹੇਰਿਟੈਂਸ ਕੋਈ ਤੁਹਾਨੂੰ ਜਿਹੜਾ ਹੈਗਾ ਕੁਝ ਮਿਲੇ ਜਿਹੜਾ ਹੈਗਾ ਯੂ ਸੀ ਯੂ ਗੋਡ ਐਨਕਰੇਜਸ ਯੂ ਟੂ ਮੇਕ ਹਿਮ ਯੂਅਰ ਪੋਰਸ਼ਨ ਪਰਮੇਸ਼ਵਰ ਜਿਹੜਾ ਹੈਗਾ ਪ੍ਰੋਤਸਾਹਿਤ ਕਰਦੇ ਹੈਗੇ ਕਿ ਤੁਸੀਂ ਪਰਮੇਸ਼ਵਰ ਨੂੰ ਆਪਣਾ ਭਾਗ ਬਣਾਓ ਵੇਟ ਫੋਰ ਹਿਮ ਉਹਨਾਂ ਦੇ ਵਾਸਤੇ ਇੰਤਜ਼ਾਰ ਕਰੋ ਹੀ ਇਜ਼ ਦ ਗ੍ਰੇਟੈਸਟ ਟ੍ਰੈਜਰ ਉਹ ਸਭ ਤੋਂ ਵੱਡੇ ਜਿਹੜੇ ਹੈਗੇ ਟ੍ਰੈਜਰ ਹੈਗੇ ਮੈਨੀ ਟਾਈਮਸ ਵੀ ਸਿੰਗ ਲਾਰਡ ਆਈ ਡਿਜ਼ਾਇਰ ਯੂ ਮੋਰ ਦੈਨ ਗੋਲਡ ਐਂਡ ਸਿਲਵਰ ਐਂਡ ਆਲ ਦੀ ਸੌਂਗਸ ਕਈ ਵਾਰ ਅਸੀਂ ਗਾਣੇ ਗਾਉਂਦੇ ਹਾਂ ਕਿ ਪਰਮੇਸ਼ਵਰ ਸਾਡੀ ਇੱਛਾ ਜਿਹੜੀ ਹੈਗੀ ਤੁਹਾਡੇ ਵਾਸਤੇ ਸੋਨੇ ਤੋਂ ਵੀ ਜ਼ਿਆਦਾ ਹੈਗੀ ਹੈ ਰੀਅਲਾਈਜ਼ ਇਟ
ਉਹਨੂੰ ਜਿਹੜਾ ਹੈਗਾ ਸੱਚਾਈ ਬਣਾਓ ਇਸ ਕੰਪੈਸ਼ਨਸ ਨੈਵਰ ਫੇਲ ਉਹਨਾਂ ਦੀ ਕਰੁਣਾ ਕਦੀ ਨਕਾਮ ਨਹੀਂ ਹੁੰਦੀ ਦੇ ਆਰ ਨਿਊ ਐਵਰੀ ਮਾਰਨਿੰਗ ਹਰ ਰੋਜ਼ ਨਵੀਆਂ ਹੋ ਜਾਂਦੀਆਂ ਹਿਸ ਫੇਥਫੁਲਨੈਸ ਇਜ਼ ਗੁੱਡ ਟੂ ਯੂ ਉਹਨਾਂ ਦੀ ਵਿਸ਼ਵਾਸ ਯੋਗਤਾ ਜਿਹੜੀ ਹੈਗੀ ਹੈ ਤੁਹਾਡੇ ਵਾਸਤੇ ਅੱਛਾ ਉਤਪੰਨ ਕਰਦੀ ਵੀ ਸੀ ਇਨ ਵਰਸ 25 ਟੂ 27 ਦੀਸ ਥਿੰਗਸ ਵੀ ਆਰ ਗੋਇੰਗ ਟੂ ਸੀ ਦ ਥਰੀ ਵਰਸਸ ਇਨ ਹੀਬਰੂ ਦੇ ਆਲ ਬਿਗਿਨ ਵਿਦ ਦ ਵਰਡ ਗੁੱਡ ਅਸੀਂ ਜਿਹੜਾ ਹੈਗਾ 25-27 ਵਰਸ ਦੇ ਅੰਦਰ ਦੇਖਣੇ ਹੈਗੇ ਆ ਤਿੰਨੋਂ ਜਿਹੜਾ ਹੈਗਾ ਅੱਛਾ ਜਾਂ ਅੱਛਾ ਅੱਛਾਪਨ ਦੇ ਨਾਲ ਜਿਹੜਾ ਸ਼ੁਰੂ ਹੁੰਦੇ ਦ ਸਕ੍ਰਿਪਚਰ ਸ਼ੇਸ ਥਰੀ ਵੇਸ ਇਨ ਵਿੱਚ ਗੋਡ ਇਸ ਸ਼ੋਜ਼ ਇਸ ਗੁੱਡਨੈਸ ਟੂਵਰਡਸ ਅਸ ਵਚਨ ਜਿਹੜਾ ਹੈਗਾ ਤਿੰਨ ਤਰ੍ਹਾਂ ਦਿਖਾਉਂਦਾ ਹੈਗਾ ਕਿ ਕਿਸ ਤਰ੍ਹਾਂ ਪਰਮੇਸ਼ਵਰ ਸਾਡੀ ਤਰਫ ਅੱਛਾ ਹੁੰਦੇ ਹੈਗੇ ਐਂਡ ਬਿਕੋਜ਼ ਹੀ ਇਜ਼ ਗੁੱਡ ਟੂ ਯੂ ਯੂ ਨੀਡ ਟੂ ਲਰਨ ਟੂ ਟਰਸਟ ਹਿਮ ਕਿਉਂਕਿ ਪਰਮੇਸ਼ਵਰ ਤੁਹਾਡੇ ਵਾਸਤੇ ਅੱਛੇ ਹੈਗੇ ਨੇ ਤੇ ਤੁਹਾਨੂੰ ਜਿਹੜਾ ਹੈਗਾ ਵਿਸ਼ਵਾਸ ਕਰਨਾ ਹੈਗਾ ਉਹਨਾਂ ਦੇ ਉੱਤੇ ਯੂ ਨੋ ਫਸਟ ਯੂ ਹੈਵ ਟੂ ਲਰਨ ਟੂ ਲੀਨ ਔਨ ਹਿਸ ਕੈਰੈਕਟਰ ਪਹਿਲਾ ਚੀਜ਼ ਹੈਗੀ ਹੈ ਕਿ ਤੁਸੀਂ ਜਿਹੜਾ ਹੈਗਾ ਉਹਨਾਂ ਦੇ ਸੁਭਾਵ ਦੇ ਉੱਤੇ ਜਿਹੜਾ ਹੈਗਾ ਆਪਣੇ ਆਪ ਨੂੰ ਛੱਡੋ ਟੇਕ ਵਰਸ 25 ਪੰਜੀਵੇਂ ਵਰਸ ਦੇਖਨੇ ਆ ਦ ਲਾਰਡ ਇਜ਼ ਗੁੱਡ ਐਂਡ ਟੂ ਥੈਮ ਦੈਟ ਵੇਟ ਫਾਰ ਹਿਮ ਐਂਡ ਟੂ ਦ ਸੋਲ ਦੈਟ ਸੀਕਥ ਹਿਮ ਜੋ ਯਹੋਵਾ ਕੀ ਬਾਟ ਜੋਤੇ ਹੈ ਔਰ ਉਸਕੇ ਪਾਸ ਜਾਤੇ ਹੈ ਉਨਕੇ ਲਈ ਯਹੋਵਾ ਭਲਾ ਹੈ ਲਰਨ ਟੂ ਟਰਸਟ ਇਨ ਗੋਡਸ ਕੈਰੈਕਟਰ ਸਿੱਖੋ ਕਿ ਪਰਮੇਸ਼ਵਰ ਦੇ ਉੱਤੇ ਜਿਹੜਾ ਹੈਗਾ ਵਿਸ਼ਵਾਸ ਕਰੋ ਦ ਲਾਰਡ ਇਜ਼ ਗੁੱਡ ਪਰਮੇਸ਼ਵਰ ਅੱਛੇ ਹੈਗੇ ਡੋਂਟ ਲੈਟ ਐਨੀਵਨ ਟੈਲ ਯੂ ਡਿਫਰੈਂਟਲੀ ਕੋਈ ਵੀ ਜਿਹੜਾ ਹੈਗਾ ਵੱਖਰੀ ਚੀਜ਼ ਇਸ ਤੋਂ ਨਾ ਤੁਹਾਨੂੰ ਦੱਸ ਸਕੇ ਹੀ ਕੈਨ ਯੂ ਨੋ ਗਿਵ ਨਥਿੰਗ ਨਾਟ ਡੂ ਐਨੀਥਿੰਗ ਦੈਟ ਬਟ ਦੈਟ ਵਿਚ ਇਜ਼ ਗੁੱਡ ਪਰਮੇਸ਼ਵਰ ਜਿਹੜਾ ਹੈਗਾ ਅੱਛੇ ਦੇ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਦੀ ਓਲਡਨ ਰਾਈਟਰਸ ਯੂਜ਼ ਟੂ ਰਾਈਟ ਦਿਸ ਪ੍ਰਾਚੀਨ ਕਾਲ ਦੇ ਅੰਦਰ ਜਿਹੜਾ ਹੈਗਾ ਲੇਖਕ ਇਸ ਤਰ੍ਹਾਂ ਲਿਖਦੇ ਸੀ ਇਫ ਇਟ ਇਜ਼ ਗੁੱਡ ਫਾਰ ਅਸ ਯੂ ਸ਼ੈਲ ਹੈਵ ਇਟ ਜੇ ਸਾਡੇ ਵਾਸਤੇ ਅੱਛੀ ਹੈ ਤਾਂ ਤੁਹਾਨੂੰ ਮਿਲੇਗੀ ਇਫ ਇਟ ਇਜ਼ ਨਾਟ ਗੁੱਡ ਫਾਰ ਅਸ ਜੇ ਸਾਡੇ ਵਾਸਤੇ ਅੱਛੀ ਨਹੀਂ ਦੈਨ ਦ ਵਿਥਹੋਲਡਿੰਗ ਆਫ ਇਟ ਇਜ਼ ਗੁੱਡ ਫਾਰ ਅਸ ਤਾਂ ਫਿਰ ਸਾਨੂੰ ਨਾ ਮਿਲੇ ਉਹ ਚੀਜ਼ ਅੱਛੀ ਹੈ ਬਿਕੋਜ਼ ਗੋਡ ਇਜ਼ ਗੁੱਡ ਆਲ ਦ ਟਾਈਮ ਕਿਉਂਕਿ ਪਰਮੇਸ਼ਵਰ ਅੱਛੇ ਹੈਗੇ ਹਰ ਸਮੇਂ ਦੇਰ ਇਜ਼ ਨੋ ਅਦਰ ਵੇ ਹੋਰ ਕੋਈ ਰਾਸਤਾ ਨਹੀਂ ਹੈ ਲਰਨ ਟੂ ਟਰਸਟ ਇਨ ਗੋਡਸ ਕੈਰੈਕਟਰ ਸਿੱਖੋ ਕਿ ਤੁਸੀਂ ਪਰਮੇਸ਼ਵਰ ਦੇ ਸੁਭਾਅ ਦੇ ਉੱਤੇ ਜਿਹੜਾ ਹੈਗਾ ਵਿਸ਼ਵਾਸ ਕਰੋ ਦ ਲਾਰਡ ਇਜ਼ ਗੁੱਡ ਅਨਟੂ ਦੈਮ ਦੈਟ ਵੇਟ ਫਾਰ ਹਿਮ ਪਰਮੇਸ਼ਵਰ ਉਹਨਾਂ ਨੂੰ ਅੱਛੇ ਭਲਾ ਹੈਗੇ ਨੇ ਜੋ ਉਹਨਾਂ ਦੇ ਉੱਤੇ ਬਾਹ ਜੋੜਦੇ ਨੇ ਦ ਸੈਕਿੰਡ ਥਿੰਗ ਅਬਾਊਟ ਦ ਗੁੱਡਨੈਸ ਆਫ ਗੋਡ ਇਜ਼ ਵੀ ਹੈਵ ਟੂ ਲਰਨ ਟੂ ਡਿਪੈਂਡ ਔਨ ਗੋਡਸ ਟਾਈਮਿੰਗ 26th ਵਰਸ ਸੇਜ਼ ਦੈਟ 26ਵੇਂ ਵਰਸ ਦੇ ਅੰਦਰ ਇਸ ਤਰ੍ਹਾਂ ਲਿਖਿਆ ਹੈਗਾ ਕਿ ਪਰਮੇਸ਼ਵਰ ਦਾ ਜੋ ਸਮੇਂ ਹੈਗਾ ਨਿਰਧਾਰਿਤ ਸਮੇਂ ਹੈਗਾ ਉਹਦੇ ਉੱਤੇ ਜਿਹੜਾ ਅਸੀਂ ਨਿਰਭਰ ਕਰੀਏ ਇਟਸ ਗੁੱਡ ਦੈਟ ਅ ਮੈਨ ਸ਼ੁੱਡ ਬੋਥ ਹੋਪ ਐਂਡ ਕੁਆਇਟਲੀ ਵੇਟ ਫਾਰ ਦ ਸੈਲਵੇਸ਼ਨ ਆਫ ਦ ਲਾਰਡ ਯਹੋਵਾ ਕੇ ਉਧਾਰ ਪਾਣੇ ਸੇ ਆਸ਼ਾ ਰੱਖ ਔਰ ਕਰ ਚੁੱਪਚਾਪ ਰਹਿਣਾ ਭਲਾ ਹੈ ਇਸ ਟਾਕ ਸੈਲਵੇਸ਼ਨ ਹੀਅਰ ਟਾਕਸ ਮੋਰ ਲਾਈਕ ਅ ਡਿਲੀਵਰੈਂਸ ਇੱਥੇ ਜਿਹੜਾ ਹੈਗਾ ਮੁਕਤੀ ਜਿਹੜਾ ਹੈਗਾ ਇਸ ਤਰ੍ਹਾਂ ਹੈ ਕਿ ਛੁਟਕਾਰਾ ਕਿਸੇ ਚੀਜ਼ ਤੋਂ ਮੇ ਬੀ ਡਿਲੀਵਰੈਂਸ ਫਰੋਮ ਸਿਕਨੈਸ ਹੋ ਸਕਦਾ ਬਿਮਾਰੀ ਤੋਂ ਛੁਟਕਾਰਾ ਫਰੋਮ ਯੂਅਰ ਐਨਮੀਸ ਤੋਂ ਤੁਹਾਡੇ ਸ਼ਤਰੂਆਂ ਤੋਂ ਵਟ ਐਵਰ ਇਜ਼ ਕਾਜ਼ਿੰਗ ਸੋਰੋ ਔਰ ਗਰੀਫ ਜਿਹੜੀ ਵੀ ਚੀਜ਼ ਤੁਹਾਨੂੰ ਜਿਹੜਾ ਹੈਗਾ ਦੁੱਖ ਪਹੁੰਚਾਉਂਦੀ ਪਈ ਹੈ ਉਹਦੇ ਤੋਂ ਛੁਟਕਾਰਾ ਵੀ ਆਲਵੇਜ਼ ਵਾਂਟ ਡਿਲੀਵਰੈਂਸ ਨਾਓ ਸਾਨੂੰ ਹਮੇਸ਼ਾ ਜਿਹੜਾ ਹੈਗਾ ਛੁਟਕਾਰਾ ਚਾਹੀਦਾ ਹੁੰਦਾ ਹੈ ਉਸੇ ਮੂਮੈਂਟ ਵੀ ਆਰ ਵੈਰੀ ਇੰਪੇਸ਼ੈਂਟ ਅਸੀਂ ਜਿਹੜਾ ਹੈਗਾ ਇੰਪੇਸ਼ੈਂਟ ਹੈਗੇ ਹਾਂ ਬਟ ਗੋਡ ਸੇਜ਼ It's good for a man to both hope and quietly wait in the salvation of the Lord. Parmeshwar eh kehnde hege ke bahut achhi cheez hegi hai ke insaan jehda hai ga intezar kare aur vishwas rakhe Parmeshwar di mukti de utte. God's timing. Parmeshwar de samay. God's timing is always good. Parmeshwar da nirdharit samay hamesha achha hai ga. God is never early. Parmeshwar kadi jaldi nahi hunde. Never late. Kadi late nahi hunde. But always on time. Hamesha sahi samay te aunde. Lord, sometimes, you know, in impatience, I have also prayed, Lord, a little bit earlier, I want this deliverance or I want this answer or something like that. But God takes His own time. ਕਈ ਵਾਰ ਮੈਂ ਵੀ ਪ੍ਰਾਰਥਨਾ ਇਸ ਤਰ੍ਹਾਂ ਕੀਤੀ ਹੈ ਕਿ ਪਰਮੇਸ਼ਵਰ ਨੂੰ ਕਿ ਇਹਦਾ ਇਹ ਪ੍ਰਾਰਥਨਾ ਦਾ ਉੱਤਰ ਜਲਦੀ ਦਿਵੋ ਲੇਕਿਨ ਪਰਮੇਸ਼ਵਰ ਆਪਣੇ ਸਹੀ ਸਮੇਂ 'ਤੇ ਕਰਦੇ ਨੇ ਵੀ ਹੈਵ ਟੂ ਲਰਨ ਟੂ ਡਿਸਿਪਲਿਨ ਆਵਰ ਸੈਲਫ ਟੂ ਟਰਸਟ ਗੋਡ ਸਾਨੂੰ ਜਿਹੜਾ ਹੈਗਾ ਆਪਣੇ ਆਪ ਨੂੰ ਅਨੁਸ਼ਾਸਿਤ ਕਰਨਾ ਹੈਗਾ ਕਿ ਪਰਮੇਸ਼ਵਰ ਦੇ ਉੱਤੇ ਅਸੀਂ ਜਿਹੜਾ ਹੈਗਾ ਆਪਣਾ ਵਿਸ਼ਵਾਸ ਰੱਖੀਏ ਦ ਥਰਡ ਥਿੰਗ ਅਬਾਊਟ ਦ ਗੁੱਡਨੈਸ ਆਫ ਗੋਡ ਇਜ਼ ਹੀ ਟਾਕਸ ਅਬਾਊਟ ਇਨ ਵਰਸ 27 ਯੂ ਹੈਵ ਟੂ ਲਰਨ ਟੂ ਟਰਸਟ ਗੋਡਸ ਡਿਸਿਪਲਿਨ ਤੀਜੀ ਚੀਜ਼ ਜਿਹੜੀ ਹੈਗੀ 27ਵੇਂ ਵਰਸ ਦੇ ਅੰਦਰ ਜਿਹੜੀ ਕਹੀ ਹੈਗੀ ਹੈ ਕਿ ਪਰਮੇਸ਼ਵਰ ਦਾ ਜੋ ਅਨੁਸ਼ਾਸਨ ਹੈਗਾ ਉਹਦੇ ਉੱਤੇ ਵਿਸ਼ਵਾਸ ਰੱਖੋ ਵਰਸ 27 ਸੇਸ ਇਟ ਇਜ਼ ਗੁੱਡ ਫਾਰ ਅ ਮੈਨ ਦੈਟ ਹੀ ਬੇਅਰ ਦ ਯੋਕ ਇਨ ਹਿਸ ਯੂਥ ਪੁਰਸ਼ ਕੇ ਲਈ ਜਵਾਨੀ ਮੇਂ ਜੁਆ ਉਠਾਣਾ ਭਲਾ ਹੈ ਟੂ ਬੇਅਰ ਦ ਯੋਕ ਇਜ਼ ਟੂ ਲਰਨ ਸਬਮਿਸ਼ਨ ਜੁਆ ਉਠਾਣ ਦਾ ਅਰਥ ਇਹ ਹੈਗਾ ਕਿ ਤੁਸੀਂ ਪਰਮੇਸ਼ਵਰ ਦੇ ਉੱਤੇ ਨਿਰਭਰ ਹੈਗੇ ਹੋ ਈਵਨ ਇਨ ਯੋਰ ਹਾਰਡ ਟਾਈਮਸ ਯੂ ਹੈਵ ਟੂ ਲਰਨ ਟੂ ਸਬਮਿਟ ਟੂ ਗੋਡ ਆਪਣੇ ਮੁਸ਼ਕਿਲ ਸਮੇਂ ਦੇ ਅੰਦਰ ਵੀ ਜਿਹੜਾ ਹੈਗਾ ਤੁਸੀਂ ਪਰਮੇਸ਼ਵਰ ਦੇ ਉੱਤੇ ਨਿਰਭਰ ਕਰੋ ਗੋਡ ਯੂਜ਼ਸ ਦ ਡਿਫਿਕਲਟ ਟਾਈਮਸ ਇਨ ਯੋਰ ਲਾਈਫ ਟੂ ਮੇਕ ਯੂ ਸਟਰੋਂਗ
परमेश्वर जिहड़ा हैगा तुहाड़े जीवन दे जिहड़ियां कठोर चीज़ां हैगियां उहनूं इस्तेमाल करदे हैगे कि तुहानूं जिहड़ा हैगा सख्त बना। इट्स पार्ट ऑफ द डिसिप्लिन। ए अनुशासन दा जिहड़ा हैगा भाग हैगा। डिसिप्लिन इज नॉट पनिशमेंट फॉर सिन। अनुशासन जिहड़ा हैगा ए पाप दा जिहड़ा हैगा कोई पनिशमेंट नहीं हैगी। डिसिप्लिन इज ट्रेनिंग। अनुशासन जिहड़ा हैगा ट्रेनिंग हुंदी है। यू जॉइन द आर्म फोर्सेस यू विल स्टार्ट डिसिप्लिन फ्रॉम डे वन। तुसीं आर्म फोर्सेस दे अंदर करदे हैगे हो ते तुहानूं अनुशासित जिहड़ा हैगा पहले दिन तो शुरू कर। नो वन इज एग्जेम्प्ट। किसी नूं भी जिहड़ा हैगा छूट नहीं मिलदी। इफ वन हैज टू रन 10 किलोमीटर यू ऑल्सो हैव टू रन 10 किलोमीटर। एक नूं जे दौड़ लानी है 10 किलोमीटर ते तुहानूं भी लानी 10 किलोमीटर। द बुक ऑफ हिब्रूज सेज द वेरी फैक्ट दैट गॉड इज डिसिप्लिनिंग अस शोज दैट ही इज आवर फादर। इब्रानी पुस्तक दे अंदर जिहड़ा हैगा इह लिखिआ हैगा कि जे परमेश्वर सानू जिहड़ा हैगा अनुशासित करदे हैगे ए चीज़ दर्शांदा हैगा कि वह सानू प्यार करदे। डिसिप्लिन ऑलवेज कम्स थ्रू एडवर्सिटी। अनुशासन जिहड़ा हैगा हमेशा दुख पहुंचा दी स्थिति चांदी है। यू नो पॉल इन सेकंड कोरिंथियंस 11 एंड 12 इफ यू रीड इट गिव्स अ लिस्ट ऑफ ऑल द डिफिकल्ट थिंग्स दैट ही वेंट थ्रू। दूजे कोरिंथियन दे जिहड़ा हैगा पॉलस ने जिहड़ा हैगा क्या हैगा कि जो मुश्किलां चीज़ां जिहड़ियां मेरे उत्ते बीतियां। You see the word man in verse 27? 27 verse de andar jehda hai jawan jehda likhya hai ga. It means a strong person, a man or a warrior. Ida arth hai ga ke ek shaktishali insaan jehda hai ga ladai karan wala. So how does it apply to the woman? To eh auratan vaste kis tarah lagu hunda? It may not be physically strong but mentally and morally strong woman. ਇਹ ਔਰਤਾਂ ਵਾਸਤੇ ਇਹ ਨਹੀਂ ਹੈਗਾ ਕਿ ਤੁਸੀਂ ਸਰੀਰਕ ਰੂਪ ਨਾਲ ਬਟ ਮਾਨਸਿਕ ਰੂਪ ਨਾਲ ਜਿਹੜਾ ਯੂ ਹੈਵ ਟੂ ਅੰਡਰਗੋ ਦਿਸ ਟ੍ਰੇਨਿੰਗ। ਇਹ ਟ੍ਰੇਨਿੰਗ ਜਿਹੜੀ ਹੈਗੀ ਹੈ ਕਰਨੀ ਜ਼ਰੂਰੀ ਹੈ। ਡੋਂਟ ਫਾਈਟ ਗੋਡ ਇਨ ਦ ਹਾਰਡ ਟਾਈਮਸ। ਪਰਮੇਸ਼ਵਰ ਦੇ ਨਾਲ ਲੜੋ ਨਹੀਂ ਲੜਨਾ ਚਾਹੀਦਾ ਹੈਗਾ ਮੁਸ਼ਕਲਾਂ ਦੇ ਅੰਦਰ। ਗੋਡ ਇਜ਼ ਬੀਇੰਗ ਫੇਥਫੁਲ ਇਨ ਹਿਸ ਗੁੱਡਨੈਸ ਟੂ ਯੂ। ਪਰਮੇਸ਼ਵਰ ਜਿਹੜਾ ਹੈਗਾ ਉਸ ਹਾਲਾਤਾਂ ਦੇ ਅੰਦਰ ਵੀ ਜਿਹੜਾ ਹੈਗਾ ਵਿਸ਼ਵਾਸਯੋਗ ਹੁੰਦੇ ਪਏ ਤੁਹਾਡੀ ਤਰਫ। ਇਟ ਇਜ਼ ਲਾਈਕ ਯੂ ਨੋ ਨੋਟ ਦ ਮਾਡਰਨ ਪੇਰੈਂਟਸ ਦ ਟਾਈਮ ਵੈਨ ਵੀ ਵਰ ਕਿਡਸ ਪੇਰੈਂਟਸ ਯੂਜ਼ ਟੂ ਵੈਕ ਅਸ ਵਿਦ ਦ ਸਟਿਕ। ਇਹ ਅੱਜ ਕੱਲ੍ਹ ਦੇ ਸਮੇਂ ਦੀ ਗੱਲ ਨਹੀਂ ਹੈਗੀ ਲੇਕਿਨ ਸਾਡੇ ਸਮੇਂ ਅਸੀਂ ਕੋਈ ਗਲਤ ਕੰਮ ਕਰਦੇ ਸੀ ਤਾਂ ਸਾਨੂੰ ਜਿਹੜੀ ਕਿ ਛੜੀ ਨਾਲ ਪਟਾਈ ਹੁੰਦੀ ਸੀ। ਇਟਸ ਨੋਟ ਬਿਕੋਜ਼ ਦੇ ਹੇਟਡ ਅਸ ਬਿਕੋਜ਼ ਦੇ ਲਵਡ ਅਸ ਦੇ ਡਿਡ ਇਟ। ਇਹ ਨਹੀਂ ਕਿ ਸਾਨੂੰ ਜਿਹੜਾ ਹੈਗਾ ਉਹ ਘ੍ਰਿਣਾ ਕਰਦੇ ਸੀ ਸਾਡੇ ਨਾਲ, ਉਹ ਸਾਡੇ ਨਾਲ ਪਿਆਰ ਕਰਦੇ ਸੀ ਤਾਂ ਹੀ ਸਾਡਾ ਜਿਹੜਾ ਹੈਗਾ ਅਨੁਸ਼ਾਸਿਤ ਕਰਦੇ ਸੀ। ਸੋ ਦੇ ਟ੍ਰੇਨਡ ਅਸ ਇਨ ਦੀ ਯੰਗ ਟੂ ਨੋ ਦੈਟ ਦੇਰ ਇਜ਼ ਅ ਪਨਿਸ਼ਮੈਂਟ ਫੋਰ ਔਰ ਅ ਕਨਸੀਕਵੈਂਸ ਫੋਰ ਆਵਰ ਐਕਸ਼ਨ। ਇਹ ਸਾਨੂੰ ਦਰਸਾਉਂਦਾ ਹੈਗਾ ਸੀ ਕਿ ਅਸੀਂ ਜੇ ਕੋਈ ਗਲਤ ਕੰਮ ਕਰਾਂਗੇ ਤਾਂ ਉਹਦਾ ਕੋਈ ਨਾ ਕੋਈ ਅੰਜਾਮ ਹੋਵੇਗਾ। ਟੁਡੇਜ਼ ਜਨਰੇਸ਼ਨ ਹੈਜ਼ ਫੋਰਗੋਟਨ ਦੈਟ। ਅੱਜ ਦੀ ਜਿਹੜੀ ਹੈਗੀ ਪੀੜ੍ਹੀ ਉਹ ਭੁੱਲ ਚੁੱਕੇ ਨੇ ਇਸ ਚੀਜ਼ ਨੂੰ। ਸੋ ਟੁਡੇ ਯੂ ਨੋ ਵੈਨਐਵਰ ਆਈ ਰਿਕਰੂਟ ਸਮ ਪੀਪਲ ਫੋਰ ਵਰਕ ਔਰ ਸਮਥਿੰਗ ਇਫ ਦੇ ਡੂ ਸਮਥਿੰਗ ਰੋਂਗ ਇਟਸ ਦੇ ਆਲਵੇਜ਼ ਸਟਾਰਟ ਵਿਦ ਇਟਸ ਨੋਟ ਮਾਈ ਫਾਲਟ। ਜਦੋਂ ਮੈਂ ਕਿਸੇ ਨੂੰ ਨੌਕਰੀ ਦੇ ਉੱਤੇ ਛੱਡਣਾ ਹੈਗਾ ਰੱਖਣਾ ਹੈਗਾ ਕੰਮ 'ਤੇ ਔਰ ਕੋਈ ਗਲਤ ਕੰਮ ਕਰਦੇ ਹੈਗੇ ਤਾਂ ਸਭ ਤੋਂ ਪਹਿਲਾਂ ਚੀਜ਼ ਉਹ ਇਹ ਕਹਿੰਦੇ ਕਿ ਇਹ ਇਹਦੇ 'ਚ ਮੇਰੀ ਗਲਤੀ ਨਹੀਂ ਹੈ। ਦ ਨਿਊ ਜਨਰੇਸ਼ਨ ਡਿਫੀਕਲਟ ਟੂ ਅੰਡਰਸਟੈਂਡ ਦ ਕੰਸੀਕਵੈਂਸ ਫੋਰ ਐਕਸ਼ਨ। ਨਵੀਂ ਪੀੜ੍ਹੀ ਨੂੰ ਜਿਹੜਾ ਹੈਗਾ ਇਹ ਚੀਜ਼ ਸਮਝ ਆਉਣੀ ਬੜੀ ਔਖੀ ਹੈਗੀ ਹੈ ਕਿ ਜੋ ਉਹ ਕੰਮ ਕਰਦੇ ਹੈਗੇ ਉਹਦਾ ਕੋਈ ਨਾ ਕੋਈ ਅੰਜਾਮ ਹੁੰਦਾ। ਬਟ ਇਨ ਗੋਡਸ ਯੂਨੀਵਰਸਿਟੀ ਦੈਟ ਇਜ਼ ਦ ਫਸਟ ਲੈਸਨ। ਲੇਕਿਨ ਪਰਮੇਸ਼ਵਰ ਦੀ ਯੂਨੀਵਰਸਿਟੀ ਦੇ ਅੰਦਰ ਜਿਹੜਾ ਹੈਗਾ ਪੜ੍ਹਾਈ ਦੇ ਅੰਦਰ ਇਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਅਧਿਆਇ ਹੈਗਾ। ਕੰਕਲੂਡਿੰਗ ਦਿਸ ਇਜ਼ ਵਾਟ ਆਈ ਵਾਂਟ ਟੂ ਆਸਕ। ਅੰਤ ਦੇ ਅੰਦਰ ਮੈਂ ਇਹ ਚੀਜ਼ ਪੁੱਛਣਾ ਚਾਹੁੰਦਾ। ਸੋ ਵਾਟ ਡੂ ਦਿਸ ਵਰਸਸ ਟੀਚ ਅਸ। ਇਹ ਸਾਰੇ ਵਰਸ ਜਿਹੜੇ ਹੈਗੇ ਸਾਨੂੰ ਕੀ ਸਿੱਖਿਆ ਦਿੰਦੇ? ਡਵੈਲਿੰਗ ਔਨ ਸੋਰੋ ਵਿਲ ਓਨਲੀ ਇਨਕਰੀਜ਼ ਯੂਅਰ ਸੋਰੋ। ਦੁੱਖਾਂ ਦੇ ਉੱਤੇ ਮੰਥਨ ਕਰਨ ਦੇ ਨਾਲ ਹੋਰ ਦੁੱਖ ਵੱਧਦਾ। ਬਟ ਚੂਜ਼ਿੰਗ ਐਨ ਆਲਟਰਨੇਟ ਰੂਟ ਆਫ ਥਿੰਕਿੰਗ ਅਬਾਊਟ ਗੋਡਸ ਫੇਥਫੁਲਨੈਸ ਵਿਲ ਬ੍ਰਿੰਗ ਹੋਪ। ਲੇਕਿਨ ਜਿਹੜਾ ਹੈਗਾ ਇੱਕ ਦੂਜੀ ਰਾਹ ਦੇ ਉੱਤੇ ਤੁਸੀਂ ਸੋਚੋਗੇ ਪਰਮੇਸ਼ਵਰ ਦੀ ਵਿਸ਼ਵਾਸਯੋਗੀ ਤੁਹਾਨੂੰ ਅਤੇ ਉਹਦੇ ਨਾਲ ਆਸ਼ਾ ਉਤਪੰਨ ਹੋਏਗੀ। ਆਈ ਵਾਂਟ ਟੂ ਐਨਕਰੇਜ ਯੂ ਟੂ choose to remember God's faithfulness. ਮੈਂ ਤੁਹਾਨੂੰ ਪ੍ਰੋਤਸਾਹਿਤ ਕਰਨਾ ਹੈਗਾ ਕਿ ਤੁਸੀਂ ਪਰਮੇਸ਼ਵਰ ਦੀ ਵਿਸ਼ਵਾਸ ਯੋਗਤਾ ਦੇ ਉੱਤੇ ਧਿਆਨ ਦਿਓ। God is faithful in his love towards you. ਪਰਮੇਸ਼ਵਰ ਜਿਹੜਾ ਹੈਗਾ ਵਿਸ਼ਵਾਸ ਯੋਗ ਹੈਗੇ ਆਪਣੇ ਪਿਆਰ ਦੇ ਅੰਦਰ ਤੁਹਾਡੇ ਵਾਸਤੇ। His compassions never fail. ਉਹਨਾਂ ਦੀ ਕਰੁਣਾ ਕਦੀ ਨਾਕਾਮ ਨਹੀਂ ਹੁੰਦੀ। They are new every morning. ਉਹਨਾਂ ਦੀ ਦਇਆ ਹਰ ਰੋਜ਼ ਨਵੀਂ ਹੁੰਦੀ ਹੈ। God is faithful in his goodness towards you. ਪਰਮੇਸ਼ਵਰ ਜਿਹੜਾ ਹੈਗਾ ਵਿਸ਼ਵਾਸ ਯੋਗ ਹੈਗੇ ਨੇ ਆਪਣੀ ਅਛਾਈ ਤੁਹਾਡੇ ਦੁਆਰ। Learn to lean on his character. ਉਹਨਾਂ ਦੇ ਸੁਭਾਅ ਦੇ ਉੱਤੇ ਜਿਹੜਾ ਹੈਗਾ ਨਿਰਭਰ ਹੋਣਾ ਸਿੱਖੋ। Wait for his timing. ਉਹਨਾਂ ਦੇ ਸਮੇਂ ਵਾਸਤੇ ਇੰਤਜ਼ਾਰ ਕਰੋ। And recognize the discipline when he puts you through it. ਔਰ ਉਸ ਚੀਜ਼ ਨੂੰ ਮੰਨੋ ਜਦੋਂ ਕੋਈ ਤੁਹਾਡੇ ਉੱਤੇ ਜਿਹੜਾ ਹੈਗਾ ਡਿਸਿਪਲਿਨ ਕਰਦੇ। You always need to you know pray like this in Psalm 25:6 we see this verse. ਅਸੀਂ ਜਿਹੜਾ ਹੈਗਾ ਭਜਨ ਸੰਹਿਤਾ 25:6 ਦੇ ਅੰਦਰ ਦੇਖਨੇ ਹੈਗੇ ਕਿ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਆ। Remember, O Lord, thy tender mercies and thy loving kindness, for they have been ever of old.
हे यहोवा अपनी दया और करुणा के कामों को स्मरण कर क्योंकि वे तो अनंत काल से होते आए हैं. टू प्रे लाइक दिस यू हैव टू नो गॉड्स मर्सीज एंड गॉड्स लविंग काइंडनेस. इस तरह प्रार्थना करने के वास्ते तुहानू जिहड़ा है जानना जरूरी है कि परमेश्वर की दया जिहड़ी है कितनी है. मल्टीपल टाइम्स इन स्क्रिप्चर इट हैज बीन सेड दैट गॉड्स एंगर इज बट फॉर अ मोमेंट. कई बार जिहड़ा है वचन अंदर लिखा है कि परमेश्वर का जिहड़ा क्रोध जिहड़ा है वह थोड़ी देर वास्ते ही रहिंदा. बट हिज मर्सीज आर फ्रॉम एवरलास्टिंग एंड टू एवरलास्टिंग. लेकिन उन्हां दी दया जिहड़ी है अनंत काल तो अनंत काल रहिंदी है. एंड ईवन इन द मिडस्ट ऑफ द मोस्ट डिफिकल्ट टाइम्स इन योर लाइफ. और अपने जीवन के अंदर सब तो मुश्किल समय के अंदर भी. डिफिकल्ट ट्रायल्स इन योर लाइफ. बहुत मुश्किलों के अंदर भी. यू विल फाइंड होप इन गॉड. तुहानू जिहड़ा है आशा परमेश्वर के अंदर नजर आएगी. वी कैन ओनली से ग्रेट इज दाई फेथफुलनेस. Oh God. सिर्फ तुसी यही कह सकते हो कि तुहाडी जिहड़ी की करुणा बहुत महान हैगी है. लेट्स बो आवर हेड्स, क्लोज आवर आइज, मेडिटेट ऑन द फेथफुलनेस ऑफ गॉड. वॉट एवर यू मे बी गोइंग थ्रू, ऑल द डिफिकल्टीज, एवरीथिंग, डोंट ड्वेल ऑन इट. लुक एट गॉड्स फेथफुलनेस. लुक दैट गॉड इज एबल टू टर्न एवरीथिंग अराउंड. यू हैव टू होप इन हिज फेथफुलनेस. Father, you are great God. Your faithfulness is amazing, Lord Jesus. Your word is amazing. Father, you, in our difficult times, help us not, Lord, to look to the world for help, but to look to you. You are the God of faithfulness. You are the God who has kept us, who holds us in the middle of your hand. I commit everyone here, Lord, who is contemplating about rejoicing in your faithfulness. I pray, Lord, encourage them, Lord Jesus. I pray that they will not forget to wait for your timing. Lord, let them realize that you are God. You are never late. I pray that they will learn to submit to you, Lord, even in the young age, Lord Jesus. I pray that everyone here who don't know Christ will realize that Christ is the hope for their lives. That everyone who doesn't know Christ will receive Christ as their Savior, because His blood can only cleanse every sin. I thank you, Father. Thank you, Lord. I give you glory. We thank you, Father. I pray, Lord, that everyone, Lord, who don't know you, I pray at this time, Lord, Father, as we talk about the great blood you shed on the cross, as we ask, Lord, that you will open the hearts of everyone, Lord Father, who don't know you. The blood you shed on the cross, only that blood can cleanse every sin. If you have realized you are a sinner, if you want to receive Christ, you can stand up. Now is the time. Today is the day of salvation. The Bible says, He died on the cross for you. He came from heaven. God came down as man. The Bible says, 1 Timothy 3:16. To die on the cross. It is His cross that cleanses your sin. Every sin that we commit is not cleansed just like that. The price is paid by Christ Jesus. Thank you, Father. Lord, I pray and commit everyone here, Lord Jesus. I pray, Lord, let your Holy Spirit touch everyone who don't know you, that their lives will be changed. I pray, Lord, that your name will be glorified, your name will be exalted. I pray and thank you for your faithfulness, that in all situations, in everything, you are faithful, you are good towards us, and you are a God full of mercy towards us, Lord. We thank you, Father. I pray that it will be a reality in everyone's life here as they seek you, day after day, Lord. I bless them in the name of our Lord Jesus. Amen. Amen.